ਸੋਹਣਾ ਰੂਪ ਚੜਿਆ ਮੇਰੀ ਤਾਂ ਦੁਆ ਹੈ ਅੱਲਾ ਕਰੇ ਤੂੰ ਸਦਾ ਸੁਹਾਗਣ ਰਹੇ ਮੁਬਾਰਕ ਆਜ ਦਾ ਦਿਨ ਰਾਸ ਆਈ ਹੈ ਸੁਹਾਨੀ ਸ਼ਾਦਮਾਨੀ ਓ ਸ਼ਾਦਮਾਨੀ ਅਸਲਾਮ ਅਲੈਕੁਮ ਤੀ ਮਮੀ ਵਾਲੇਕੁਮ ਸਲਾਮ ਜਿਉਂਦਾ ਰਹੇ ਮੇਰਾ ਬੇਟਾ ਮਾਸ਼ਾਅੱਲਾ ਦੇਖੋ ਮੇਰੇ ਪੁੱਤਰ ਨੂੰ ਕਿੰਨਾ ਰੂਪ ਚੜਿਆ ਇਹ ਬਰਾਤ ਦੋ ਦਿਨ ਲੇਟ ਆਉਂਦੀ ਤੇ ਇਹਨੂੰ ਕੀੜੀਆਂ ਚੜ ਜਾਣੀਆਂ ਸੀ ਜੀ ਪੁੱਤਰ ਹੈ ਤੇਰਾ ਹਾਂ ਕਰ ਰਹੇ ਹੋ ਅੱਬਾ ਜੀ ਇਹ ਮੇਰੇ ਅੱਬਾ ਜੀ ਨੇ ਪਰ ਮੈਂ ਯਤੀਮ ਹਾਂ ਜੀ ਜੀ ਇਹਦੀ ਅੰਮੀ ਨੇ ਮੈਨੂੰ ਇਹਦੇ ਮੂੰਹ ਤੇ ਕਰਾਇਆ ਅੱਛਾ ਅੱਛਾ ਠੀਕ ਮਾਸ਼ਾਅੱਲਾ ਚੋਲੀ ਭਾਈ ਸਾਹਿਬ ਬੱਚੀ ਨੂੰ ਵੀ ਕਾਫੀ ਰੂਪ ਚੜਿਆ ਬਾਜੀ ਤੁਹਾਡੀ ਬੱਚੀ ਹੈ ਕਿਉਂ ਨਹੀਂ ਜੀ ਨੂੰਹਾਂ ਵੀ ਧੀਆਂ ਹੀ ਹੁੰਦੀਆਂ ਨੇ ਤੇ ਇਹਦੇ ਅੱਬੇ ਕਿੱਥੇ ਨੇ ਜੀ ਮੇਰੇ ਕਹਿਣ ਦਾ ਮਤਲਬ ਹੈ ਕਿ ਅੱਬਾ ਜੀ ਕਿੱਥੇ ਨੇ ਅੱਬਾ ਜੀ ਹਾਂ ਅੱਬਾ ਜੀ ਕਿੱਥੇ ਨੇ ਇਹਦੇ ਅੱਬਾ ਜੀ ਇੱਥੇ ਹੀ ਹੋਣਗੇ ਤੁਸੀਂ ਤਸ਼ਰੀਫ ਰੱਖੋ ਬੈਠੋ ਜੀ ਬੈਠੋ ਓਏ ਚੱਜ ਬੱਬਾ ਜਾਏਗੀ ਓ ਕਿਉਂ ਇਹ ਕੁੜੀ ਦਾ ਪਿਓ ਕਿੱਥੇ ਨੇ ਤੈਨੂੰ ਕਿਸੇ ਨੇ ਕਾਰਡ ਭੇਜਿਆ ਸ਼ਾਦੀ ਦਾ ਬਗੈਰ ਤਾਂ ਨਾ ਕੋ ਸਲਾਮੀ ਦਿੱਤੀ ਨਾ ਕੋ ਨਿਉਂਦਰਾ ਪਾਇਆ ਮੇਰੇ ਘਰ ਹਜੇ ਬਰਾਤ ਸੀ ਤੇ ਕਹਿੰਦਾ ਬਰਾਤ ਵਾਪਸ ਜਾਏਗੀ ਤੁਹਾਨੂੰ ਕਿਹਾ ਵੀ ਸੀ ਕਿ ਇਹਨੂੰ ਦੇਸੀ ਨਾ ਪਿਆਓ ਮੈਂ ਕਿਹਾ ਵੀ ਇਹ ਨਾਲ ਨਿੰਕੋ ਖਾਂਦਾ ਰਹੇ ਥੋੜੀ ਥੋੜੀ ਲੱਤ ਦੀ ਵੀ ਰਹੇਗੀ ਬਗੈਰ ਨਾ ਮੇਰੀ ਕਿ ਸੁਣੀ ਨਹੀਂ ਬੈਠੋ ਬੈਠੋ ਤਸ਼ਰੀਫ ਰੱਖੋ ਤਸ਼ਰੀਫ ਬੱਚਾ ਠੀਕ ਸ਼ੁਕਰ ਦੁਨੀਆ ਖਰਾਬ ਜੀ ਜੀ ਰੋਟੀ ਖਾ ਕੇ ਜਾਏਗਾ ਓਏ ਕੌਣ ਹੈ ਜਿਹੜਾ ਖਾਮ ਖਾ ਮੈਨੂੰ ਚੁੰਮੀਆਂ ਦੇਣਾ ਚਾਹੁੰਦਾ ਹੈ ਇਹ ਕਿਸੇ ਕੁੱਤੇ ਦਾ ਪੁੱਤਰ ਹੈ ਜੀ ਮੇਰਾ ਖਿਆਲ ਹੈ ਕਿ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਮਹਿਮਾਨਾਂ ਨੇ ਖਾਣਾ ਵੀ ਉਡਾ ਲਿਆ ਠੀਕ ਹੈ ਤੇ ਜਹੇਜ਼ ਵੀ ਇਹਨਾਂ ਦੇ ਘਰ ਮੈਂ ਭੇਜ ਦਿੱਤਾ ਤੇ ਕਿਉਂ ਨਾ ਬਾਕੀ ਦੀ ਰਸਮਾਂ ਪੂਰੀਆਂ ਬੈਠੋ 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 ਬੇਟਾ ਜੀ ਜੀ ਇਹ 20 ਲੱਖ ਰੁਪਏ ਦਾ ਚੈੱਕ ਹੈ ਪੁੱਤਰ ਜਿਹੜਾ ਮੈਂ ਆਪਣੀ ਧੀ ਦੇ ਨਾਲ ਨਾਲ ਤੈਨੂੰ ਪੇਸ਼ ਕਰ ਰਿਹਾ ਹੈ ਕੀ ਕਰ ਰਹੇ ਹੋ ਬਾਬਾ ਜੀ ਮੈਂ ਗਰੀਬ ਬਾਪ ਦਾ ਬੇਟਾ ਵਾ ਪਰ ਜ਼ਮੀਰ ਫਰੋਸ਼ ਨਹੀਂ ਮੇਰੀ ਰਗਾ ਜੀ ਇੱਕ ਇੱਕ ਇਮਾਨਦਾਰ ਬਾਪ ਦਾ ਖੂਨ ਹੈ ਤੁਸੀਂ ਆਪਣੀ ਜਿਗਰ ਦਾ ਟੁਕੜਾ ਮੇਰੇ ਹਵਾਲੇ ਕਰ ਦਿੱਤਾ ਮੇਰੇ ਲਈ ਇਹੀ ਬਹੁਤ ਹੈ ਪੁੱਤਰ ਓਏ ਮੈਂ ਜਿਗਰ ਦੇ ਟੁਕੜੇ ਦੇ ਨਾਲ ਨਾਲ ਤੈਨੂੰ ਦੌਲਤ ਦਾ ਟੁਕੜਾ ਵੀ ਦੇਣਾ ਚਾਹਨਾ ਤਾਂ ਕਿ ਤੂੰ ਆਪਣੀ ਲਾਈਫ ਇੰਜੋਏ ਕਰ ਸਕੇ ਤੇਰੀ ਜ਼ਿੰਦਗੀ ਸਕੋਰ ਹੋਵੇ ਬੇਟਾ ਫੜ ਇਹ ਚੈੱਕ ਵਸੂਲ ਕਰ ਮੈਂ ਇਸ ਚੈੱਕ ਨੂੰ ਹੱਥ ਲਾਣਾ ਤੇ ਬੜੀ ਦੂਰ ਦੀ ਗੱਲ ਹੈ ਮੈਨੂੰ ਵੇਖਣਾ ਵੀ ਨਹੀਂ ਚਾਹੁੰਦਾ ਇਹਨੂੰ ਵੇਖਣਾ ਨਹੀਂ ਚਾਹੁੰਦਾ ਇਸ ਚੈੱਕ ਤੇ ਤੇਰੀ ਭੈਣ ਦੀ ਫੋਟੋ ਬਣੀ ਓਏ ਚੈੱਕ ਕੇ ਦੌਲਤ ਤੋਂ ਪਾਕਿਸਤਾਨ ਇਹਦੀ ਖਾਤਰ ਦੌਲਤ ਦੀ ਖਾਤਰ ਤੇ ਇਨਸਾਨ ਇਨਸਾਨ ਦਾ ਖੂਨ ਕਰ ਰਿਹਾ ਭਰਾ ਭਰਾ ਨਾਲ ਧੋਖਾ ਕਰਦਾ ਯਾਰ ਯਾਰ ਨੂੰ ਲੁੱਟਦਾ ਇਹ ਧਰਤੀ ਮਾਂ ਦਾ ਸੌਦਾ ਕਰਦੇ ਨੇ ਔਰ ਬੇਵਕੂਫਾ ਜਦੋਂ ਕੋਈ ਦੌਲਤ ਹੁੰਦੀ ਹੈ ਸਾਰੀ ਦੁਨੀਆ ਨੂੰ ਸਲਾਮ ਕਰਦੀ ਹੈ ਗਰੀਬ ਦਾ ਬੱਚਾ ਮਰ ਜਾਏ ਤੇ ਕਿਸੇ ਕੋਲ ਇੰਨਾ ਵਕਤ ਨਹੀਂ ਹੁੰਦਾ ਕਿ ਉਹਦੇ ਨਾਲ ਜਾ ਕੇ ਅਫਸੋਸ ਕਰ ਸਕੇ ਅਮੀਰ ਦਾ ਕੁੱਤਾ ਬਿਮਾਰ ਹੋ ਜਾਏ ਤੇ ਪੂਰਾ ਸ਼ਹਿਰ ਉਹਦੀ ਖਬਰ ਲੈਣ ਲਈ ਚਲਾ ਜਾਂਦਾ ਹੀ ਤੂੰ ਨਿੱਛ ਮਾਰ ਕੇ ਸਾਬਤ ਕੀਤਾ ਕਿ ਤੂੰ ਵੀ ਬਿਮਾਰ ਹੈ ਕੁੱਤਿਆ ਆਲਾ ਬੇਟਾ ਇਹ ਚੈੱਕ ਮੈਂ ਨਹੀਂ ਲੈ ਸਕਦਾ ਨਹੀਂ ਲੈ ਸਕਦਾ ਬਾਜੀ ਨਹੀਂ ਲੈ ਸਕਦਾ ਓਏ ਚੈੱਕ ਹੈ ਕੋਈ ਸੱਪ ਤੇ ਨਹੀਂ ਜਿਹਨੂੰ ਹੱਥ ਨਹੀਂ ਪਾਉਂਦਾ ਪਿਆ ਤੁਸੀਂ ਪਿਆਰ ਨਾਲ ਸਮਝਾਓ ਨਾ ਦੇਖੋ ਮੈਂ ਇਸ ਘਰ ਦਾ ਮਾਲਕ ਇਸ ਬੀਵੀ ਦਾ ਸ਼ੌਹਰ ਉਸ ਬੱਚੀ ਦਾ ਬਾਪ ਤੇ ਇਸ ਦੌਲਤ ਦਾ ਖਲੋਤਾ ਵਾਰਿਸ ਤੇਰੇ ਕੇ ਮਿੰਤ ਕਰਦਾ ਤੇ ਉਹ ਤਾਂ ਚੈੱਕ ਵਸੂਲ ਕਰਦਾ ਇਹ ਚੈੱਕ ਮੈਂ ਨਹੀਂ ਲੈ ਸਕਦਾ ਆਂਟੀ ਜੀ ਤੁਸੀਂ ਸਮਝਾਓ ਇਹਨਾਂ ਨੂੰ ਨਹੀਂ ਬੇਟਾ ਜੀ ਇਹਨਾਂ ਨੂੰ ਸਮਝਣਾ ਇਹ ਬੜੇ ਜ਼ਿੱਦੀ ਨੇ ਜ਼ਿੱਦੀ ਹੈ ਨੇ ਤੇ ਬੱਚੀ ਹੋਈ ਇਹਨਾਂ ਦੀ ਕਰਦਾ ਯਾਰ ਅੱਬਾ ਜੀ ਤੁਸੀਂ ਕੁਝ ਸਮਝਾ ਦਿਓ ਬੇਟਾ ਫੜ ਲੈ ਮੈਂ ਤੇਰੇ ਤੇ ਬੜੀ ਇਨਵੈਸਟਮੈਂਟ ਕੀਤੀ ਹੈ ਇਹ ਤੇਰਾ ਆਖਰੀ ਫੈਸਲਾ ਕਿ ਤੂੰ ਚੱਕ ਨਹੀਂ ਲੈਣਾ ਇਹ ਮੇਰਾ ਆਖਰੀ ਫੈਸਲਾ ਚੱਕ ਮੈਂ ਨਹੀਂ ਲੈਣਾ ਤੇ ਫਿਰ ਮੇਰਾ ਫੈਸਲਾ ਵੀ ਸੁਣ ਲੈ ਨਾ ਮੈਂ ਹੁਣ ਚੱਕ ਦੇਣਾ ਤੇ ਨਾ ਹੀ ਧੀ ਦੇਣੀ ਚਲੋ ਨਿਕਲੋ ਥੰਨੇ ਮੇਰੇ ਚਲੋ
ਮਾਫੀ। ਏ ਪੁੱਤਰ ਤੂੰ ਕਾਹਦੀ ਮਾਫੀ ਮੰਗਣੀ ਹੈ? ਮਾਫੀ ਤੇ ਸਾਰੀ ਜ਼ਿੰਦਗੀ ਅਸੀਂ ਮੰਗਣੀ ਹੈ ਕਿਉਂਕਿ ਅਸੀਂ ਧੀਆਂ ਵਾਲੇ ਹਾਂ ਤੇ ਧੀਆਂ ਵਾਲੇ ਦੀਆਂ ਅੱਖਾਂ ਹਮੇਸ਼ਾ ਮੁੰਡੇ ਵਾਲੇ ਦੇ ਸਾਹਮਣੇ ਚੁੱਕੀਆਂ ਰਹਿੰਦੀਆਂ। ਬਿਲਕੁਲ ਜੀ। ਪੁੱਤਰ ਮੈਂ ਤਾਂ ਸਿਰਫ ਤੇਰਾ ਸਾਹ ਚੈੱਕ ਕਰ ਰਿਹਾ ਸੀ। ਮੈਨੂੰ ਕਿਸੇ ਨੇ ਦੱਸਿਆ ਕਿ ਤੁਹਾਡੇ ਖਾਨਦਾਨ 'ਚ ਸਾਹ ਦੀ ਬਿਮਾਰੀ ਹੈ। ਮੈਂ ਕਿਹਾ ਮੁੰਡੇ ਦਾ ਵਿਆਹ ਹੋਇਆ, ਬੱਚੇ ਦਾ ਸਾਹ ਹੀ ਚੈੱਕ ਕਰ ਲਈਏ। ਬਿਲਕੁਲ ਸਹੀ। ਇਹ ਕਿਹਨੇ ਦੱਸਿਆ ਤੁਹਾਨੂੰ? ਮੇਰੇ ਮੁਰਸ਼ਿਦਾਂ ਨੇ। ਬੜੇ ਪਹੁੰਚੇ ਮੁਰਸ਼ਿਦ ਨੇ, ਸਾਨੂੰ ਤੇ ਮਿਲਾਓ। ਉਹਨੂੰ ਨਾ ਮਿਲੇ। ਕਿਉਂ? ਉਹ ਪਹਿਲੇ ਤੇਰੀ ਵੱਡੀ ਮਾਂ ਕੱਢ ਕੇ ਲੈ ਗਏ ਸਨ। ਇਹ ਦੂਜੀ ਸਾਹ ਦੇ ਤੇ ਅਸੀਂ ਐਡੇ ਪੱਕੇ ਆ, ਮੈਂ ਹੁਣ ਵੀ ਇੱਕ ਸਾਹ 'ਚ ਤਿੰਨ ਬੋਲਾਂ ਖੇਡਣਾ। ਉਹ ਚਾਚਾ ਜੀ, ਚਾਚਾ ਜੀ, ਇੰਨੀ ਦੇਰ ਹੋ ਗਈ, ਤੁਸੀਂ ਇਧਰ ਪਿਆ ਨਹੀਂ ਹੋ। ਟਾਈਮ ਦੇਖੋ ਕੀ ਹੋ ਗਿਆ। ਪੁੱਤਰੋ ਟਾਈਮ ਕਾਹਦਾ ਹੋ ਗਿਆ? ਸ਼ਾਦੀ ਮੇਰੀ ਧੀ ਦੀ ਹੈ ਜਾਂ ਤੇਰੀ ਭੈਣ ਦਾ ਨਿਕਾਹ ਹੋਇਆ? ਕਾਹਦੀ ਤੈਨੂੰ ਦੱਸ? ਉਹ ਚਾਚਾ ਜੀ, ਟਾਈਮ ਬਹੁਤ ਜ਼ਿਆਦਾ ਹੋ ਗਿਆ। ਉਹ ਜ਼ਿਆਦਾ ਫੈਸਲਾਬਾਦ ਦਾ ਤੇ ਨਹੀਂ ਤੂੰ? ਆ ਫੈਸਲਾਬਾਦ ਨਾਲ ਸ਼ਾਹਕੋਟ। ਅੱਛਾ, ਤੇਰੀ ਉੱਥੇ ਜਵੇਦ ਵੀ ਜਵੇਦ ਕਹਿੰਦੇ, ਜਵੇਦ ਤੀਵੀ। ਮੇਰੀ ਗੱਲ ਸੁਣ, ਆ ਨਾਲ ਤੇ ਮੱਲੀ ਤੇ ਜੰਜ ਜਾਣੀ। ਹਾਂਜੀ ਚਾਚਾ ਜੀ, ਉਹੀ ਤੇ ਮੈਂ ਕਹਿਣ ਡਿਆ। ਤੇ ਕਾਹਦਾ ਲੇਟ? ਕਾਹਦਾ ਹੈ? ਕਾਹਦਾ ਲੇਟ? ਉਹ ਚਾਚਾ ਜੀ, ਫਿਰ ਗੈਸ ਵਾਲਾ ਨਹੀਂ ਲੱਭਣਾ? ਕਾਹਦਾ ਗੈਸ ਵਾਲਾ? ਓਏ ਗੈਸ ਵਾਲਾ, ਗੈਸ ਵਾਲਾ ਕਾਹਦਾ? ਉਹ ਜਿਹੜਾ ਨੇਰੇ ਚੱਕੇ ਕੇ ਲਾ ਕੇ ਫਿਰਦਾ। ਲਓ, ਉਹ ਬਗੈਰ ਤਾਂ ਜਨਾਜ਼ੇ ਕੇ ਫਿਰੀਦਾ ਰਸਤਾ ਦੱਸਣ ਲਈ। ਇਹ ਬਰਾਤ ਜਾਣੀ ਹੈ। ਅੱਬੂ ਜੀ, ਕੁਛ ਨਹੀਂ ਹੁੰਦਾ ਬੇਟੇ, ਅੱਜ ਤੂੰ ਮਾਰੀ ਜਾਣਾ। ਉਹ ਚਾਚਾ ਜੀ, ਰਸਤੇ 'ਚ ਮਾਈਆਂ ਖੜੀਆਂ, ਉਹਨਾਂ ਨੇ ਮੁੰਡੇ ਦਾ ਮੂੰਹ ਵੀ ਦੇਖਣਾ ਆ। ਮੁੰਡੇ ਦਾ ਮੂੰਹ ਵੇਖਣਾ? ਮੂੰਹ ਵੇਖਣਾ? ਉਹ ਬਗੈਰ ਤਾਂ ਕੀ ਗੱਲਾਂ? ਉਹ ਕਿਸ ਕਿਸਮ ਦਾ ਤੇਰੇ ਯਾਰ ਨੇ? ਓਏ ਮੇਰਾ ਕੋਈ ਯਾਰ ਨਹੀਂ। ਉਹ ਚਾਚਾ ਜੀ, ਇੱਕ ਗੱਲ ਤੇ ਦੱਸੋ। ਇਹ ਪੁੱਛੋ, ਇਹ ਜਿੱਥੇ ਸੁਹਾਗਰਾਤ ਮਨਾਉਣੀ ਹੈ ਉੱਥੇ ਪਾਲਕੀ ਕਿੰਨੀ ਡੂੰਘੀ ਰੱਖਣੀ? ਜਿੰਨੀ ਤੇਰੀ ਭੈਣ ਦੀ ਵਰੀ ਰੱਖੀ ਸੀ। ਉਹ ਬਗੈਰ ਤਾਂ ਤੂੰ ਹੈ ਕੌਣ? ਸ਼ਾਇਦ ਤੂੰ ਮੈਨੂੰ ਜਾਣਦਾ ਨਹੀਂ। ਮੇਰਾ ਨਾਂ ਨਜ਼ੀਰ, ਕਹਿੰਦਾ ਡੱਬ ਕੇ ਸ਼ਾਹਕੋਟ ਜਾ ਕੇ ਸੱਜਿਆ, ਕਿਉਂਕਿ 82 ਚੱਕਰ ਸੂਲਪੁਰਾਂ ਤਹਿਸੀਲ ਸਬਜ਼ਾਬਾਦ ਜ਼ਿਲ੍ਹਾ ਸ਼ੇਖਪੁਰਾ 8 ਨੰਬਰ ਗਲੀ ਕਾਨਾ ਲੈਂਟ ਲੀਡ ਕੁੰਡੀ ਬੇਰੀਆਂ ਦੇ ਕਰਨ ਸਕੂਲ ਲੰਘ ਕੇ ਟੋਕਲੀਆਂ ਛੱਡ ਕੇ ਜੇ ਛੱਤ ਚਿੱਟਾ ਕਬੂਤਰ ਬੈਠਾ ਮੇਰਾ ਘਰ। ਕਬੂਤਰ ਨੂੰ ਬਿਠਾਈ ਰੱਖ, ਮੈਂ ਆਪੇ ਲੱਭ ਲਾਂ। ਕੱਪੜੇ ਦੀ ਟੈਨਸ਼ਨ ਨਹੀਂ ਲੈਣੀ। ਉਹ ਕਿਉਂ? 6 ਗਜ਼ ਚਿੱਟਾ ਕੱਪੜਾ ਮੈਂ ਲੈ ਲਿਆ। ਚੱਲ ਦਫਾ ਹੋ ਇੱਥੋਂ। ਓਏ ਖੁਸ਼ੀਆਂ ਨੂੰ ਨਜ਼ਰ ਨੀ ਲੱਗਦੀ। ਮੈਂ ਕਿਹਾ ਗੱਲ ਸੁਣ, ਕਿਹੜੇ ਯਾਰ ਦੀ ਸ਼ਾਦੀ? ਅੱਜ ਮੇਰੇ ਯਾਰ ਕੀ ਸ਼ਾਦੀ ਹੈ? ਅੱਜ ਮੇਰੇ ਯਾਰ ਕੀ ਸ਼ਾਦੀ? ਬੇਵਕੂਫਾ, ਇਹ ਮੇਰੀ ਬੀਵੀ ਹੈ। ਅੱਛਾ, ਉਹ ਮੇਰੀ ਧੀ ਹੈ। ਅੱਜ ਤੇ ਅੱਜ ਤੇਰੀ ਬੀਵੀ ਕੇ ਯਾਰ ਕੀ ਸ਼ਾਦੀ ਹੈ? ਅੱਜ ਮੇਰੇ ਯਾਰ ਕੀ ਸ਼ਾਦੀ ਹੈ? ਅੱਜ ਮੇਰੇ ਯਾਰ ਕੀ ਸ਼ਾਦੀ ਹੈ? ਓਏ ਬੰਦ ਕਰ, ਬਗੈਰ ਤਾਂ ਸਾਡੀ ਵੀ ਲਾਤੀ ਲੱਲਾ ਪਈ ਆ। ਓਏ ਉਹ ਮੇਰੀ ਧੀ ਹੈ, ਇਹ ਮੇਰੀ ਬੀਵੀ ਹੈ, ਤੂੰ ਮੇਰਾ ਯਾਰ ਹੈ। ਅੱਛਾ, ਸ਼ਾਦੀ ਮੇਰੀ ਬੱਚੀ ਦੀ ਇਸ ਮੁੰਡੇ ਨਾਲ ਹੈ। ਅੱਜ ਤੇਰੀ ਬੱਚੀ ਕੇ ਯਾਰ ਕੀ ਸ਼ਾਦੀ ਹੈ? ਅੱਜ ਮੇਰੇ ਯਾਰ ਕੀ ਸ਼ਾਦੀ ਹੈ? ਅੱਜ ਮੇਰੇ ਯਾਰ ਕੀ ਸ਼ਾਦੀ ਹੈ? ਅੱਜ ਤੇਰੀ ਇਹ ਜਿਹੜੀ ਤੇਰੀ ਬੀਵੀ ਹੈ, ਹਾਂਜੀ, ਤੇ ਉਹ ਜਿਹੜੀ ਹੈ ਤੇਰੀ, ਉਹ ਤੇਰੀ ਭਰਜਾਈ ਹੈ ਕੀ ਹੈ? ਧੀ ਧੀ ਹੈ। ਤੇ ਇਹ ਜਿਹੜੀ ਹੈ ਤੇਰੀ, ਇਹ ਤੇਰੀ ਮਾਂ ਹੈ? ਮਾਂ। ਅੱਜ ਤੇਰੀ ਮਾਂ ਕੇ ਯਾਰ ਕੀ ਸ਼ਾਦੀ ਹੈ? ਅੱਜ ਮੇਰੇ ਯਾਰ ਕੀ ਸ਼ਾਦੀ ਹੈ? ਅੱਜ ਮੇਰੇ ਯਾਰ ਕੀ ਸ਼ਾਦੀ ਹੈ? ਕੌਣ ਹੈ? ਇਹਦਾ ਗੁੱਸਾ ਨਹੀਂ ਕਰਨਾ ਪੁੱਤਰ, ਇਹ ਬੜਾ ਚੰਗਾ ਬੰਦਾ ਸੀ। ਅੱਛਾ, ਇਹਦੇ ਘਰੋਂ ਬਰਾਤ ਵਾਪਸ ਚਲੀ ਗਈ, ਇਹਨੂੰ ਭੈਣ ਜੋਗਾ ਟੋਰਨ ਲਈ ਜੇਲ੍ਹ ਨਹੀਂ ਸੀ ਹੈਗਾ, ਉਦੋਂ ਦਾ ਪਾਗਲ ਹੋ ਗਿਆ, ਫਿਰ ਕਹਿੰਦਾ ਫਿਰਦਾ ਅੱਜ ਮੇਰੇ ਯਾਰ ਕੀ ਸ਼ਾਦੀ ਹੈ। ਓਏ ਤੂੰ ਵੀ ਪਾਗਲ ਹੋ ਜਾਣਾ ਸੀ, ਤੂੰ ਵੀ ਪਾਗਲ ਹੋ ਜਾਣਾ ਸੀ ਜੇ ਤੇਰੇ ਕੋਲ ਜੇਲ੍ਹ ਨਾ ਆਉਂਦਾ। ਤੇ ਮੇਰੀ ਤੇ ਇੱਕ ਭੈਣ ਹੈ, ਉਹ ਬਰਾਤ ਵਾਪਸ ਚਲੀ ਗਈ, ਮੇਰੇ ਕੋਲ ਦੇਣ ਵਾਸਤੇ ਮਿੱਟੀ ਦੇ ਭਾਂਡੇ ਵੀ ਨਹੀਂ ਸਨ। ਤੂੰ ਤਾਂ ਦੌਲਤਮੰਦ ਆਦਮੀ ਹੈ, ਅਮੀਰ ਆਦਮੀ ਹੈ, ਤੂੰ ਜੇਲ੍ਹ ਦੇ ਸਕਦਾ, ਮੈਂ ਕਿੱਥੋਂ ਜੇਲ੍ਹ ਦਿਆਂਗਾ ਦੱਸ ਮੈਨੂੰ? ਅੱਜ ਤੇਰੀ ਮਾਂ ਕੇ ਯਾਰ ਕੀ ਸ਼ਾਦੀ ਹੈ? ਅੱਜ ਤੇਰੀ ਯਾਰ ਕੀ ਸ਼ਾਦੀ ਹੈ? ਅੱਜ ਤੇਰੀ ਯਾਰ ਕੀ ਸ਼ਾਦੀ? ਓਏ ਤੁਹਾਡੀ ਬੰਨੀ ਜੀ ਜੀ, ਅੱਜ ਤੇਰੀ ਧੋਤੀ ਕੀ ਸ਼ਾਦੀ ਹੈ? ਅੱਜ ਤੇਰੀ ਧੋਤੀ। ਇਸ ਕਿਸਮ ਦੇ ਲੋਕ ਆ ਰਹੇ ਨੇ ਇੱਥੇ, ਬਸ ਤੁਹਾਡੀ ਕੀ ਹੋ ਰਿਹਾ ਹੈ? ਕੀ ਹੋ ਰਿਹਾ ਹੈ? ਕੀ ਹੋ ਰਿਹਾ ਹੈ? ਇੱਥੇ ਵਿਆਹ ਹੋ ਰਹੀ ਹੈ, ਵਿਆਹ ਹੋ ਰਹੀ ਹੈ, ਸਾਡੇ ਬਗੈਰ ਹੀ ਹੋ ਰਹੀ ਹੈ। ਮਾਲਕਾਂ ਮੈਂ ਚਪੇੜਾਂ ਪਿਆ ਮਾਰਨਾ। ਮੇਰਾ ਮਾਲਕ ਮੈਨੂੰ ਪਹਿਲੇ ਕਿਉਂ ਨਹੀਂ ਦੱਸਿਆ? ਕੀਤੀ ਉਹਨਾਂ ਛਿੱਤਰ ਖਾਣ ਵਾਲੀ ਗੱਲ,
ਹੁਣ ਕੀ ਹੋਇਆ? ਇਤਰਾਓ, ਬੁੱਢੇ ਨੂੰ 20 ਲੱਖ ਦਿੱਤਾ ਕਿ ਨਹੀਂ? ਬਦੋ ਬਦੀ ਉਹਦੀ ਜੇਬ 'ਚ ਤੁਮ ਦਿੱਤਾ, ਗੈਰਤਾਂ ਦਾ ਰਾਖਾ ਸੀ, ਹੱਥ ਨਹੀਂ ਸੀ ਲਾਉਂਦਾ, ਸਦੀਰ ਦਾ ਪੁੱਤਰ ਲੱਗਦਾ ਸੀ। ਅੱਛਾ, ਹੁਣ ਇਹ ਜਾਇਦਾਦ ਵੀ ਇਹਦੇ ਨਾਂ ਕਰਨੀ ਹੈ? ਇਹਦੇ 'ਤੇ ਸਾਈਨ ਕਰਵਾਉਣੇ? ਹਾਂਜੀ, ਸਾਈਨ ਕਰਾਓ। ਮੈਂ ਕਰਾਉਣੇ ਆ ਕਿ ਤੁਸੀਂ? ਤੁਸੀਂ ਕਰਾਉਣੇ ਨੇ। ਅੱਛਾ, ਬੈਠੋ ਬੈਠੋ ਬੈਠੋ। ਬੈਠ ਬੇਟਾ ਜੀ। ਬੇਟਾ, ਆਪਕਾ ਨਾਮ ਕਿਆ ਹੈ? ਦਿਲਾਵਰ। ਲਿਖੋ ਜੀ, ਦਿਲਾਵਰ। ਪਹਿਲੇ ਕੀ ਪਾਣਾ? ਦਾਲ ਪਾਓ। ਐਲੋ ਪਾ ਦਿੱਤੀ ਦਾਲ। ਦਾਲ ਹੋਰ ਪਾਓ, ਜੰਜ ਪਾਉਤੀ। ਲਓ, ਦਾਲ ਹੋਰ ਬਹੁਤੀ ਕਰ ਦਿੱਤੀ ਏ। ਇੰਨੀ ਬੜੀ ਦਾਲ ਹੋਰ ਪਾ ਦਿੱਤੀ ਏ, ਪੂਰੇ ਸ਼ਹਿਰ ਨੇ ਖਾਣੀ ਏ। ਹੁਣ ਕੀ ਕਰੀਏ? ਦਾਲ ਕੱਟ ਕਰੋ। ਦੋ ਕਲਮ ਦਾਲ ਬਾਹਰ ਕੱਢ ਲੈਂਦੇ ਆ। ਐ ਚੰਗਾ ਕੀਤਾ, ਲਾਮ ਅਲਫ ਲਾ। ਲਾਮ ਅਲਫ ਲਾ। ਵਾਓ ਰੇ ਵਰ। ਵਾਓ ਰੇ ਵਰ। ਓ ਬੇਟੇ, ਸਾਈਨ ਕਰੋ। ਮੇਰਾ ਨਾਂ ਤੁਸੀਂ ਮੋਟਰਵੇ ਤੇ ਪਾ ਦਿੱਤਾ ਆਪਾ ਜੀ। ਮੁਬਾਰਕ ਹੋਵੇ। ਇਹ ਹੁਣ ਫਾਈਲ ਤੁਸੀਂ ਰੱਖਣੀ ਏ ਜਾਂ ਮੈਂ? ਮੈਂ ਰੱਖਣੀ ਏ, ਤੁਸੀਂ ਗਵਾ ਦਿੰਦੇ ਹੋ। ਮੇਰਾ ਖਿਆਲ ਹੈ ਬੱਚੇ ਨੂੰ ਕੋਈ ਨਸੀਹਤ ਕਰਨੀ ਹੈ ਤੇ ਕਰ ਦਿਓ, ਤਾਂ ਫਿਰ ਰੁਖਸਤ ਕਰ ਦਈਏ। ਬੇਟਾ, ਅੱਜ ਤੇਰੀ ਸ਼ਾਦੀ ਏ, ਮੈਂ ਤੈਨੂੰ ਨਸੀਹਤ ਕਰਨਾ, ਐਵੇਂ ਬੋਲ ਕਬਲੜਾ ਨਾ ਬੋਲ ਬੈਠੀ, ਖਸਮ ਨਾਰਾਜ਼ ਹੁੰਦੇ ਪੜ ਬੋਲੀਆਂ ਦੇ। ਬੋਲੀ ਕੋਇਲ ਤੇ ਕਾਂ ਦੀ ਪਈ ਦੱਸਦੀ ਏ, ਬੜੇ ਫਰਕ ਨੇ ਸੱਜਣਾ ਬੋਲੀਆਂ ਦੇ। ਜਿਹੜੀਆਂ ਵਿੱਚ ਖਸਮ ਦੀ ਰਜ਼ਾ ਰਹਿਸਨ, ਭਾਗ ਜਾਗ ਜਾਂਦੇ ਉਹਨਾਂ ਗੋਲੀਆਂ ਦੇ, ਤੇ ਉੱਜੜ ਗਈਆਂ ਨੂੰ ਸਰਦਾਰ ਪਹਿਨ ਧੱਕੇ, ਤੇ ਸ਼ਰਮਾ ਵਾਲੀਆਂ ਨੂੰ ਹੂਟੇ ਡੋਲੀਆਂ ਦੇ। ਲੈ ਧੀਏ, ਮੈਂ ਕਿਹਾ ਕੋਈ ਧੀ ਨੂੰ ਸਮਝਾ ਦਿੱਤਾ ਹੈ ਨਾ? ਹਾਂ ਹਾਂ, ਕਿਉਂ ਨਹੀਂ? ਇਹਨੂੰ ਇਹੋ ਸਮਝਾਉਣਾ ਸੀ ਕਿ ਪੁੱਤਰ ਓਏ, ਧੀਆਂ ਦਾ ਅਸਲ ਘਰ ਉਹਨਾਂ ਦੇ ਮਾਪਿਆਂ ਦਾ ਵਿਹੜਾ ਨਹੀਂ ਹੁੰਦਾ। ਇੱਥੇ ਤੇ ਸਿਰਫ ਇਹ ਚਿੜੀਆਂ ਪਲ ਕੇ ਜਵਾਨ ਹੁੰਦੀਆਂ ਨੇ, ਇਹਨਾਂ ਦਾ ਅਸਲ ਘਰ ਤੇ ਸਹੁਰਿਆਂ ਦਾ ਘਰ ਹੁੰਦਾ। ਉੱਥੇ ਆਪਣੇ ਸਹੁਰੇ ਨੂੰ ਆਪਣਾ ਬਾਪ ਤੇ ਆਪਣੀ ਸੱਸ ਨੂੰ ਆਪਣੀ ਮਾਂ ਸਮਝਣਾ। ਧੀਏ, ਹਮੇਸ਼ਾ ਤੇਰੇ ਨੂੰ ਸਾਨੂੰ ਸੁੱਖ ਦੀ ਠੰਡੀ ਹਵਾ ਆਉਣੀ ਚਾਹੀਦੀ ਹੈ। ਚਾਹ ਮੇਰਾ ਪੁੱਤਰ, ਚਾਹ। ਤੂੰ ਮੇਰੇ ਕੋ ਅਕਲ ਕਰੇ ਕਾਕਾ। ਬਦਲ ਗਿਆ, SMS ਕਰੋ। ਠੰਡੀ ਰਾਤ, ਲੰਬੀ ਬਾਤ, ਸਭ ਸੇ ਸਸਤਾ ਰੇਟ। ਸ਼ਰਮ ਕਰੋ, ਕੈਸੀ ਬਾਤੇਂ ਕਰ ਰਹੇ ਹੋ? ਪਾਗਲ ਹੋ ਗਿਆ ਤੁਮ, ਤੁਮੇ ਪਤਾ ਨਹੀਂ ਮੈਂ ਕਿਸ ਬਾਪ ਕੀ ਬੇਟੀ ਹੂੰ? ਮੈਨੂੰ ਪਤਾ ਤੂੰ ਇੱਕ ਬਹਾਦਰ ਬਾਪ ਦੀ ਬੇਟੀ ਹੈ। ਇਹਦਾ ਬਾਪ ਇੰਨਾ ਬਹਾਦਰ ਸੀ, ਇੱਕ ਵਾਰੀ ਮਕਾਨ ਨੂੰ ਅੱਗ ਲੱਗ ਗਈ, ਛੋਲੇ ਅਸਮਾਨ ਨਾਲ ਗੱਲਾਂ ਕਰਨਾ ਸ਼ੁਰੂ ਹੋ ਗਏ। ਇਹਦੇ ਬਾਪ ਨੇ ਜੰਪ ਕਰਕੇ ਵਿੱਚੋਂ ਬੰਦਾ ਕੱਢ ਕੇ ਲਿਆ, ਫਿਰ ਜੰਪ ਕੀਤਾ ਦੂਜਾ, ਫਿਰ ਤੀਜਾ। ਲੋਕਾਂ ਨੇ ਕੁੱਟਣਾ ਸ਼ੁਰੂ ਕਰਤਾ, ਛਿੱਤਰ ਮਾਰਨਾ ਸ਼ੁਰੂ ਕਰਤੇ। ਇਹਦੇ ਬਾਪ ਨੇ ਕਿਹਾ ਮੈਨੂੰ ਕਿਉਂ ਮਾਰਦੇ ਹੋ? ਲੋਕਾਂ ਨੇ ਕਿਹਾ ਤੂੰ ਅੱਗ ਬੁਝਾਉਣ ਵਾਲਾ ਅਮਲਾ ਕੱਢੀ ਜਾਣ। ਬਹਾਦਰ ਬਾਪ ਕੀ ਬਹਾਦਰ ਬੇਟੀ। ਮੈਂ ਵੀ ਆਪਣੀ ਮੰਮੀ ਕਾ ਲਾਡਲਾ ਲੜਕਾ ਹੂੰ। ਮੇਰੀ ਮੰਮੀ ਆਜ ਵੀ ਮੁਝੇ ਟੋਨੀ ਟੋਨੀ ਕਹਿਤੀ ਹੈ। ਇਸੀ ਲਈ ਤੋ ਆਪੋ ਇਸ ਦੁਨੀਆ ਮੇ ਜ਼ਿੰਦਾ ਨਹੀਂ ਰਹੀ। ਸ਼ਰਮ ਕਰੋ, ਆਪਣੀ ਉਮਰ ਦੇਖੋ, ਮੇਰੀ ਉਮਰ ਦੇਖੋ। ਕਿਆ ਹੈ ਮੇਰੀ ਉਮਰ ਕੋ? ਇੱਕ ਸਾਲ ਹੀ ਛੋਟਾ ਹੂੰ ਨਾ ਤੁਮਸੇ। ਇੱਕ ਸਾਲ ਛੋਟਾ, ਫਿਰ ਕਿਆ ਹੋ ਗਿਆ? ਤੁਮ ਪਾਸ ਨਹੀਂ ਆਓਗੇ, ਆ ਲੈਣੇ ਕੋ ਪਾਪਾ ਕੋ। ਪਾਪਾ ਸੇ ਕਹੂੰਗੀ ਜਬ ਵੀ ਮੈਂ ਬਾਹਰ ਆਤੀ ਹੂੰ, ਯੇ ਮੁਝੇ ਛੇੜਤਾ ਹੈ। ਮੈਂ ਆਪ ਤੇਰੇ ਪਾਪੇ ਨੂੰ ਸ਼ਿਕਾਇਤ ਲਾਵਾਂਗਾ। ਇੱਕ ਗਾਣਾ ਗਾਉਂਦੀ ਹੈ, ਚਿੱਠੀ ਦਰਾ ਸਈਆਂ ਜੀ ਕੇ ਨਾਮ ਲਿਖ ਦੇ। ਤੋਬਾ, ਜਿਸ ਜ਼ਮਾਨੇ ਕਾ ਯੇ ਗਾਣਾ ਹੈ, ਮੈਂ ਤੋ ਵੀ ਪੈਦਾ ਵੀ ਨਹੀਂ ਹੋਈ ਸੀ। ਤੇਰੇ ਜ਼ਮਾਨੇ ਦਾ ਕਿਹੜਾ ਗਾਣਾ? ਮੇਰੇ ਜ਼ਮਾਨੇ ਕਾ ਗਾਣਾ, ਦਿਲ ਮੈਂ ਮੇਰੇ ਹੈ ਦਰਦੇ ਡਿਸਕੋ, ਦਰਦੇ ਡਿਸਕੋ। ਜਿਸਲੇ ਦਰਦੇ ਡਿਸਕੋ ਹੁੰਦਾ, ਫਿਰ ਐਂਦੇ ਚ ਨਹੀਂ ਹੁੰਦਾ। ਫਿਰ ਦੱਸ ਕਿਉਂ ਵਨ ਵਨ ਟੂ ਟੂ ਤਾਂ ਫੋਨ ਜਾਂਦਾ ਹੈ। ਅਖੀਰ ਤੇ ਆਵਾਜ਼ ਆਉਂਦੀ ਆ,
ये मेरी तस्वीर कहाँ से ली तुमने? कहाँ से ली मेरी तस्वीर? तुम बाज नहीं आओगे, मैं अभी अपने मामा को बुलाती हूँ। ओ बला बटा मामा नहीं फिर दी बला जोनु। हेलो मामा नहीं माँ की बात कर रही हूँ। जो भी है बला जोनु जरा। मामा मामा क्या बात है मेरे बेटे बच्चे क्या? इसने ना इसने मुझे छेड़ा। तुम्हारी ये जुरत तूने मेरी बेटी को छेड़ा? मैं कभी तानू छेड़िया हालांकि तुसी तरले कर दे थप्पड़ खाने वाली बात कर रहे हो तुम? आपकी आंखों से कई दफा मोहब्बत के एसएमएस आए हैं। मैंने कभी छेड़ा, कभी आप छेड़ी, कभी हमारे आपके दरमियान छेड़छाड़ हुई है। शट अप बदतमीज, तुमने मेरी बेटी को छेड़ा? नहीं नहीं नहीं। तुसी मैनू आप कैसे मेरी धी दी अख रखी? हुण तुसी नाराज होंदे हो तो अख चुक के तुहाड़े ते रख देने। एक गाने गा रही सी चिट्ठी दरा साईयां जी के नाम लिख दे। अरे ये गाना तो बड़ा खूबसूरत है ना मामा? मां भी हो जाए क्या मतलब? ऐसे करके सियाने कहंदे ने तुम्मे दा रस कौड़ा हुंदा असर हुंदा विच पियां, जो कम ने मामा कर दिया सोयो कर दिया तियां। बकवास बंद करो और ज्यादा बड़े फिलोसफर बनने की कोशिश मत करो। चलो खाने शाने पकाओ जाके। क्यों पकाऊं ना खाने? देखो कह रहा क्यों? अरे खाने पका, मेरी बेटी आ रही है, मेरा दामाद आ रहा है। अच्छा आज आ जा। हेलो मामा। हेलो। अरे तीन चार दिन में ही खत्म? अरे पहाड़ जैसी जिंदगी कैसे गुजारेगा तू? हेलो बेटा आया। बेटा आके दामाद। वेलकम बेटा वेलकम। खुर्मी जी। मामा कैसी है? मामा कैसी है? पापा कैसे हैं? कैसे हो जीजू? कैसे हो जीजू? ओ जीजू जीजू जीजू। बेटा खुर्मी बच्चे के लिए दूध ला। मैं अभी दूध लेकर आया, अभी गया और आया। देखो ना पापा जीजू पहली दफा आए हैं, कितने अच्छे लग रहे हैं। बड़े हैंडसम लग रहे हैं माशाल्लाह। पापा देखिए ना, दूध आ गया, दूध आ गया, दूध आ ही गया। इना थोड़ा मजदा जो होया। भैंस का दूध कम, गाय का ज्यादा। और चिड़िया का? बिल्कुल ही ज्यादा। और बकरी का? कम। दूध पी रहा है दामाद। हाँ। ये देखो कितना अच्छा लग रहा है दूध पीता। हाँ इधर आइए। हाँ जी इधर। आपको दूध ते पिलिया हुण की करना है? हुण तुसी कुछ नहीं करना, जो कुछ भी करना है मैं ही करना है। अच्छा तुसी इस तरह करो, ओवरलैपिंग औरतां नूं लै के अंदर चले जाओ ये बार ना, ताकि मैं सारा मामला सेटअप कर सका। ए लेडीज अंदर चले। कोई आपको नहीं छोड़ूंगी। कोई जरूरी बात हो रही है। क्या अकेले गुफ्तगू करनी है? जो भी करेंगे आप यबलिये मारेंगे। नहीं नहीं आप खांसी आ जाती है आपको और आपकी जरूरी बात बीच में रह जाती है। अच्छा, जैसे मैं नहीं जाऊंगी। चल मामा मैं सारे राज खोल गई। और डैडी मेरा ख्याल है कि मैनू भी आराम करना चाहिए। हां बेटे आराम भी कर लेंगे, कोई ऐसी गल नहीं। सफर तो काफी थक गया, जरा हनीमून वास्ते गए सर। अच्छा तो मैं कुछ देर आराम करना चाह रहा, लेकिन ਤੁਸੀਂ ਉਹ ਚੈੱਕ ਦਾ ਤਕਲਫ ਹੀ ਕੀਤਾ ਮੈਂ ਤੁਹਾਨੂੰ ਦੱਸਾਂ। ਨਹੀਂ ਨਹੀਂ ਬੇਟੇ ਕੋਈ ਐਸੀ ਗੱਲ ਨਹੀਂ। ਫੁਰਮੀ ਫੁਰਮੀ ਅਗਰ ਤੁਮ ਆਰਾਮ ਕਰਨਾ ਚਾਹਤੇ ਹੋ ਤਾਂ ਬੇਟੇ ਮੈਂ ਚਾਹਤਾ ਹੂੰ ਯਾ ਤੁਮ ਰਿਲੀਫ ਲੈ ਲੋ ਤਾਂ ਕਿ ਮੈਂ ਤੁਮ ਸੇ ਚੰਦ ਬਾਤੇਂ ਕਰ ਲੂੰ। ਫੁਰਮੀ ਕਹਾਂ ਹੈ ਯਾਰ ਵੋ? ਫੁਰਮੀ ਅਜੀਬ ਜਿਹਾ ਨਾ, ਉਹ ਤਾਂ ਜੀਜੂ ਕਈ ਜਾਣਦੇ ਆ। ਇਹ ਲੋ ਬੇਟਾ ਇਸੇ ਤਰ੍ਹਾਂ। ਨਹੀਂ ਨਹੀਂ ਤਕੀਏ ਦੀ ਕੀ ਜ਼ਰੂਰਤ ਹੈ, ਮੈਂ ਤੇ ਬਸ ਵੈਸੇ ਹੀ ਬੈਠ ਕੇ ਰਿਲੈਕਸ ਹੋਣਾ ਚਾਹ ਰਿਹਾ। ਅੱਛਾ ਅੱਛਾ ਤੇ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਤੁਸੀਂ ਚੈੱਕ ਦਾ ਤਕੱਲਫ ਹੀ ਕੀਤਾ, ਵੈਸੇ ਚੈੱਕ ਚਾਹੀਦਾ ਨਹੀਂ ਸੀ ਮੈਨੂੰ। ਤਕੱਲਫ ਕੋਈ ਨਹੀਂ ਬੈਠੇ, ਮੈਂ ਇੱਕ ਬਿਜ਼ਨਸਮੈਨ ਆਦਮੀ ਹਾਂ, ਮੈਂ ਕਾਰੋਬਾਰ ਕੀਤਾ, ਕਾਰੋਬਾਰੀ ਡੀਲ ਕੀਤੀ ਹੈ। ਕਾਰੋਬਾਰ? ਹਾਂ। ਕਿਹੜਾ ਕਾਰੋਬਾਰ? ਹਾਂ ਕਾਰੋਬਾਰ ਬੇਟਾ, ਮੈਂ ਤੈਨੂੰ 20 ਲੱਖ ਰੁਪਏ ਦਾ ਚੈੱਕ ਦਿੱਤਾ ਜੀ, ਅਗਲੇ ਜਹਾਨ ਜਾ ਕੇ ਮੈਂ 7 ਗੁਣਾ ਤੇਰੇ ਕੋਲ ਵਸੂਲ ਕਰਾਂਗਾ, ਕਾਰੋਬਾਰ ਨਹੀਂ ਤਾਂ ਹੋਰ ਕੀ ਹੋਇਆ। ਮੈਂ ਤੇ ਡਰ ਹੀ ਗਿਆ ਸਾਂ, ਘਬਰਾ ਗਿਆ ਸਾਂ ਕਿ ਪਤਾ ਨਹੀਂ ਤੁਸੀਂ ਕਿਹੜਾ ਕਾਰੋਬਾਰ ਮਿਲਣਾ ਸ਼ੁਰੂ ਕਰ ਲਿਆ। ਬੇਟੇ ਤੂੰ ਤੇ ਖਾਮ ਖਾਮ ਘਬਰਾ ਜਾਂਦਾ, ਅਸੀਂ ਚਾਹੁੰਦੇ ਹਾਂ ਕਿ ਤੂੰ ਬਹੁਤ ਤਰੱਕੀ ਕਰੇ ਇਨਸ਼ਾਅੱਲਾ, ਔਰ ਮੇਰੀ ਬੱਚੀ ਸਦਾ ਸੁਹਾਗਣ ਲਵੇ। ਬੇਟਾ ਜ਼ਰੂਰ, ਤੈਨੂੰ ਪਸੀਨਾ ਆਇਆ ਘੁੰਮਣ ਨੂੰ,
ਕੀ ਗੱਲ ਹੈ ਕੋਈ ਬੜੀ ਆਕਵਰਡ ਜੀ ਪੋਜੀਸ਼ਨ ਸਾਬਤ ਹੋ ਰਹੀ ਨਹੀਂ ਨਹੀਂ ਠੀਕ ਹੈ ਡੈਡੀ ਕੋਈ ਐਸਾ ਮਸਲਾ ਨਹੀਂ ਤਕੀਆ ਲੈ ਲੈਣਾ ਤਾਂ ਨਹੀਂ ਨਹੀਂ ਤਕੀਆ ਦੀ ਕੋਈ ਜ਼ਰੂਰਤ ਨਹੀਂ ਲੈ ਲੈ ਬੇਟੇ
ਮੇਰਾ ਮਾਈਂਡ ਚੇਂਜ ਹੋ ਗਿਆ।
अच्छा विकी मेरे ना कोई गलत हरकत ना करना मैं तुम दसा विकी मैं बहुत शरीफ आदमी है विकी हां मैं तेरी ट्राई लेना चाहनी हां मैं वैस्पा मेरी ट्राई लेना चाहनी है मेरी ट्राई ना लई मैं चढ़ाई चढ़ दिया पटाके मारना ਫਿਰ ਕਹਿੰਦੀ ਤੇਰੇ ਚ ਕਚਰਾ ਬਹੁਤ ਆਉਂਦਾ ਥਾਂ ਥਾਂ ਰੋਕੇ ਵਿੱਕੀ ਤੇਰਾ ਛੋਟਾ ਜਿਹਾ ਟੈਸਟ ਲੈਣਾ ਉਹ ਟੈਸਟ ਉਸਟ ਕੋਈ ਨਹੀਂ ਮੈਂ ਕਰਾਣਾ ਟੈਸਟ ਬੜਾ 5 ਦਿਨ ਦਾ ਹੁੰਦਾ ਜੇ 2020 ਕਰਾਣਾ ਤੇ ਮੈਂ ਹਾਰਾ ਕਰ ਵਿੱਚੋਂ ਮੈਨੂੰ ਵਿੱਕੀ ਮੰਨ ਜਾਣਾ ਮੇਰੇ ਮੂੰਹ ਨੂੰ ਚੱਲ ਠੀਕ ਹੈ ਮੰਨ ਜਾਣਾ ਚੱਲ ਮੰਨ ਜਾ ਬੂਤੇ ਪੈਸੇ ਲੈ ਲਈ ਹਾਂਜੀ ਉਹ ਬੂਤੇ ਪੈਸੇ ਲੈ ਲਈ ਐ ਜਿਵੇਂ ਤੂੰ ਕਹਿ ਰਹੀ ਇਸ ਤਰ੍ਹਾਂ ਮੇਰੇ ਹਾਲ ਬਣੀ ਜਾਣ ਦੇ ਮੈਨੂੰ ਤਾਂ ਪਤਾ ਮਿਲਣਾ ਹੀ ਹੈ ਨਹੀਂ ਮਿਲਣਾ ਤੂੰ ਨਹੀਂ ਛੱਡਣਾ ਆਪਣੇ ਵਿੱਕੀ ਛੋਟਾ ਜਿਹਾ ਰੋਲ ਹੈ ਪੈਸਿਆਂ 'ਚ ਖੇਡੇਗਾ ਹੀਰੋ ਬਣ ਜਾਏਗਾ ਕਰਨਾ ਕੀ ਫਾਇਦਾ ਵੀ ਦੱਸੋ ਜਰਾ ਛੋਟਾ ਜਿਹਾ ਕਰ ਲਏਗਾ ਕਰਾਂਗਾ ਪੱਕੀ ਗੱਲ ਹੈ ਪੱਕੀ ਗੱਲ ਸੀਨ ਹੈ ਵੇਖ ਕੇ ਮੈਂ ਮੁੰਡਾ ਤੂੰ ਕੁੜੀ ਤੂੰ ਤੇ ਉੱਠ ਦੀਆਂ ਫਿਲਮ ਪੁੱਠੇ ਸ਼ੁਰੂ ਕਰਨ ਦੇ ਇਹ ਮੈਂ ਮੁੰਡਾ ਹਾਂ ਵਾ ਮੈਨੂੰ ਮੁੰਡਾ ਰਹਿੰਦੇ ਤੂੰ ਕੁੜੀ ਹੈ ਤੂੰ ਕੁੜੀ ਰਹਿੰਦੇ ਸਾਰਾ ਸੀਨ ਹੀ ਪੁੱਠਾ ਕਰਨ ਦੇ ਆ ਉਹ ਨਹੀਂ ਮੈਡਮ ਇਸ ਤਰ੍ਹਾਂ ਨਹੀਂ ਠੀਕ ਉਹ ਬੰਦਾ ਬੰਦੇ ਵਾਲੀ ਥਾਂ ਤੇ ਠੀਕ ਲੱਗਦਾ ਐਵੇਂ ਔਰਤਾਂ ਵਾਲੀ ਥਾਂ ਤੇ ਜਾ ਕੇ ਬੰਦੇ ਨੇ ਜ਼ਲੀਲ ਹੀ ਹੋਣਾ ਹੁੰਦਾ ਨਾ ਭਾਈ ਨਾ ਇਹ ਔਰਤਾਂ ਦਾ ਹੌਸਲਾ ਜਿਹੜੀਆਂ ਔਰਤਾਂ ਨਾ ਬੰਦੇ ਦੇ ਅੱਗੋਂ ਲੰਘ ਜਾਂਦੀਆਂ ਨੇ ਇਹ ਮੰਨ ਲੈ ਮੈਂ ਜਾਣਦਾ ਜਾਂ ਮੇਰਾ ਅੱਲਾ ਜਾਣਦਾ ਏ ਹੋਇਆ ਕੀ ਐਕਸ-ਰੇ ਮਸ਼ੀਨਾਂ ਲੱਗੀਆਂ ਹੁੰਦੀਆਂ ਬੰਦੇ ਦੀਆਂ ਅੱਖਾਂ ਦੀ ਮਸ਼ੀਨਾਂ 'ਚ ਐਈਂ ਵੇਖਦੇ ਨੇ ਆਰ ਪਾਰ ਨਜ਼ਰ ਜਾਂਦੀ ਇਹਨਾਂ ਦੀ ਨਾਲੇ ਔਰਤਾਂ ਜਿਹੜੀਆਂ ਹੈ ਨੇ ਵਿਚਾਰੀਆਂ ਔਰਤਾਂ ਦਾ ਹੌਸਲਾ ਬੰਦਿਆਂ ਨੂੰ ਕੀ ਏ ਸੁੱਤੇ ਉੱਠੇ ਕੰਮ ਤੇ ਕੰਮ ਤੋਂ ਆਏ ਸੌਂਗ ਹੈ ਔਰਤਾਂ ਨੂੰ ਤੇ 150 ਮੁਸੀਬਤ ਹੈ ਵਿਚਾਰੀਆਂ ਨੂੰ 150 ਹਾਂ ਬੰਦੇ ਬੰਦਿਆਂ ਦੇ ਕੱਪੜੇ ਧੋਵੋ ਉਹਨਾਂ ਦੇ ਭਾਂਡੇ ਧੋਵੋ ਉਹਨਾਂ ਦੇ ਖਾਣੇ ਪਕਾਓ ਬੰਦਿਆਂ ਨੂੰ ਸਿਰਫ ਬੱਚੇ ਜੰਮਣੇ ਪੈ ਜਾਣ ਮੁਸੀਬਤਾਂ ਪੈ ਜਾਏ ਮਾਨ ਨਾਲ ਬੱਚੇ ਹੀ ਜੰਮਣੇ ਪੈ ਜਾਣ ਬੰਦੇ ਸ਼ੁਕਰ ਕਰਿਆ ਕਰੋ ਅੱਲਾ ਦਾ ਪਾਇਆ ਨੇ ਕੰਮ ਸਾਨੂੰ ਨਹੀਂ ਕਰਨਾ ਪੈਂਦਾ ਵਰਨਾ ਕੀ ਅਜ਼ਾਬ ਪੈਣੇ ਸਨ ਆ ਵਟਸਐਪ ਕਿਲੋ ਚੀਨੀ ਦੇਣਾ ਆਪੇ ਪਾ ਲਾ ਮੇਰੇ 'ਚ ਮਦਰੇ ਪੁੱਤਰ ਉੱਥੋਂ ਆਪੇ ਪਾ ਲੈ ਸ਼ੇਖ ਸਾਹਿਬ ਕਿੱਧਰ ਅਲਟਰਾਸਾਊਂਡ ਦੱਸਿਆ ਭਾਇਆ ਨਾ ਜਿਹਨਾਂ ਨੇ ਸਭ ਤੋਂ ਜ਼ਿਆਦਾ ਮਜ਼ਾ ਆਉਣਾ ਸੀ ਬਦਮਾਸ਼ਾਂ ਦਾ ਇਹਨਾਂ ਨੇ ਹੱਥਾਂ 'ਚ ਪਿਸਤੌਲ ਫੜ ਕੇ ਕਹਿਣਾ ਸੀ ਬਸ ਤੇਰੇ ਭਰਾ ਦੇ ਆ 2 ਮਹੀਨੇ ਲੰਘ ਜਾਣ ਫਿਰ ਦੱਸਾਂਗੇ ਇਹਨਾਂ ਨੂੰ ਚਲੋ ਕਰ ਲੈਣਾ ਸੀਨ ਹੈ ਵੇ ਕਿ ਮੈਂ ਮੁੰਡਾ ਤੂੰ ਕੁੜੀ ਓਕੇ ਕੁੜੀ ਮੁੰਡੇ ਨੂੰ ਕਿਵੇਂ ਮਨਾਏਗੀ ਕਿ ਮੁੰਡਾ ਨਾਰਾਜ਼ ਹੋ ਗਿਆ ਕੁੜੀ ਤੋਂ ਕਿਸੇ ਗੱਲ ਤੋਂ ਤੇ ਕੁੜੀ ਨੇ ਹੁਣ ਕਿਵੇਂ ਮਨਾਣਾ ਮਨਾ ਮੈਨੂੰ ਓਕੇ 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 ਰਾਕੇਸ਼ ਭਗਵਾਨ ਕੇ ਲਈ ਮੈਨੂੰ ਮਾਫ ਕਰ ਦੋ ਰਾਕੇਸ਼ ਤੁਮ ਜਾਣਦੇ ਹੋ ਮੇਰੇ ਪੇਟ ਮੇ ਤੁਹਾਡੇ ਪਿਆਰ ਕੀ ਨਿਸ਼ਾਨੀ ਪਲ ਰਹੀ ਹੈ ਹਾਂ ਮੈਂ ਤੁਹਾਡੇ ਬੱਚੇ ਦੀ ਮਾਂ ਬਣਨੇ ਵਾਲੀ ਰਾਕੇਸ਼ ਮੁਝੇ ਬੇਸ਼ੱਕ ਨਾ ਰੱਖੋ ਲੇਕਿਨ ਹਸਪਤਾਲ ਦਾ ਖਰਚਾ ਤਾਂ ਦੇ ਦਿਓ ਰਾਕੇਸ਼ ਉਹ ਕੀ ਕਹਿਣਾ ਪਿਆ ਉਹ ਕਹਿਣੀ ਪਈ ਹੈ ਕਾਹਦਾ ਡਾਇਰੈਕਟਰ ਤੈਨੂੰ ਆਪ ਨਹੀਂ ਸਮਝਾਉਣ ਦੇ ਚਲੋ ਹੱਥ ਹੋ ਗਿਆ ਉਹ ਹੱਥ ਹੋ ਗਿਆ ਪਰ ਸਭੀ 2 ਸੀਟਾਂ ਗੰਦੀਆਂ ਕਰਕੇ ਗਿਆ ਨੂੰ ਮੁਝੇ ਮਾਫ ਕਰ ਬੋਲ ਤੁਸੀਂ ਮਜ਼ੇ ਲੈਣ ਲੱਗ ਪਏ ਐਗੜੀ ਤੇਰੀ ਪਿੰਨੀ ਕਢਵਾ ਕੇ ਕਿੰਨੇ ਮਜ਼ੇ ਲੈਣ ਦੇ ਨੀ ਦਬਾਓ ਜੇ ਮੇਰੀ ਅੱਖਾਂ ਤੋਂ ਦੂਰ ਹੋ ਜਾ ਬੱਚਾ ਤੇਰੇ ਮੇਰੇ ਖਾਨਦਾਨ ਚ ਬੜਾ ਫਰਕ ਹੈ ਕੀ ਫਰਕ ਹੈ ਤੇਰੇ ਮੇਰੇ ਖਾਨਦਾਨ ਚ ਤੇਰਾ ਵੀ ਇੱਕ ਪਿਓ ਮੇਰਾ ਵੀ ਇੱਕ ਯਾਦ ਹੈ ਤੇਰੇ 6 ਨੇ ਤੇਰਾ ਮੇਰਾ ਪੈਚਪ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਤੇਰਾ ਮੈਂ ਸੀ ਚੌਧਰੀ ਨਿਆ ਯਾ ਤੇਰਾ ਕਾਲਾ ਮੂੰਹ ਮਨੁੱਸਾ ਜਿਹੜਾ ਤੂੰ ਚੌਧਰੀ ਮੈਂ ਵੀ ਜਾਣਨੀ ਅੱਛਾ ਪਿਓ ਤੇਰਾ ਸਾਰੀ ਜ਼ਿੰਦਗੀ ਰੋਜ਼ੇ ਤੇ ਸਹਿਰੀਆਂ ਜਗਾ ਜਗਾ ਕੇ ਮਰ ਗਿਆ ਹੁਣ ਤੂੰ ਚੌਧਰੀ ਬਣ ਗਿਆ ਓਏ ਉੱਠ ਚੱਲ ਉੱਠ ਨਹੀਂ ਮੇਰੇ ਕੋਲ ਕੰਮ ਕਰ ਰਿਹਾ ਸੀ ਮੈਂ ਟੈਸਟ ਲੈ ਰਹੀ ਸੀ ਕਿੱਡਾ ਬਿਸ ਕਰਦਾ ਹੈ ਰੈਪੂ ਸਾਹਿਬ ਨੂੰ ਬੁਲਾਵਾ ਬੁਲਾ ਲੈ ਰੈਪੂ ਸਾਹਿਬ ਰੈਪੂ ਸਾਹਿਬ ਹੈਲੋ ਓ ਰੈਂਬੋ ਭੇਜ ਉਹ ਚਾਹਨਾ ਦੀ ਬਿੱਲੀ ਰੈਂਬੋ ਭੇਜ ਰੈਂਬੋ ਵਿੱਕੀ ਸਾਹਿਬ ਹਾਂਜੀ ਮੈਨੇ ਆਪਕਾ ਬਹੁਤ ਨਾਮ ਸੁਣਾ ਪਲੀਜ਼ ਮੇਰੇ ਫਿਲਮੋਂ ਮੇ ਕੰਮ ਫਿਲਮੋਂ ਮੇ ਕੰਮ ਕਰਨਾ ਹੈ ਹਾਂਜੀ ਇਹ ਫਿਲਮ ਕੇ ਡਾਇਰੈਕਟਰ ਹੈ ਇਹ ਆਪਕੋ ਫਿਲਮ ਮੇ ਕੰਮ ਦੇਗੀ ਕਿੱਥੋਂ ਲੈ ਆਏ ਅੱਛਾ ਆਦਮੀ ਤੋਂ 400 ਰੁਪਏ ਦੀ ਮਿਲਦੀ ਜਾ ਲੈ ਤੂੰ ਯਾਰ आप फिल्मों में काम करना चाहती है कपड़े धोने आते ने भांडे धोने आते ने रोटी पकाने आते हैं फिल्मों में काम करन दी घर काम करया कर मेरे नाल ਮਾਸੂਮ ਬੱਚੀ ਮੈਂ ਸਦਕੇ ਜਾਉਂ ਤੇਰੇ ਗੱਲ ਸੁਣੋ ਤੁਹਾਡੇ ਲਈ ਮੈਂ ਇੱਕ ਸੀਨ ਲਿਖਾ ਤੇ ਕਰ ਲੋਗੇ ਜੀ ਬਤਾਏ ਐ ਮੂੰਹ ਚ ਰੁਪਿਆ ਖਿੱਚਣ ਵਾਲਾ ਸੀਨ ਕਰ ਉਹ ਖੁਸਰੇ ਕਰਦੇ ਹੁੰਦੇ ਨੇ ਉਹ ਖੁਸਰੇ ਖਿੱਚਦੇ ਨੇ ਮੂੰਹ ਚ ਰੁਪਿਆ ਇਹ ਕਰਕੇ ਜਾ ਕੇ ਕਿਵੇਂ ਖੁਸਰੇ ਵਿਚਾਰੇ ਦੀ ਕਿਸਮਤ ਹੁੰਦੀ ਰੁਪਿਆ ਰੁਪਿਆ ਕਰਕੇ ਇਕੱਠਾ ਕਰਦੇ ਨੇ ਤੁਸੀਂ ਇੱਕੋ ਵਾਰੀ ਸਾਰੇ ਰੁਪਈਏ ਲੈ ਜਾਂਦੀ ਹੋ ਖਾਨਾ ਖਰਾਬੋ ਖੁਸਰੇ ਵਿਚਾਰੇ ਨੂੰ ਹੁੰਦੀ ਦੇਸੀ ਸ਼ਰਾਬ ਪੀਤੀ ਹੁੰਦੇ ਨੇ ਤੇ ਤਮਾਸ਼ ਪੀਣਾ ਨੇ ਰੁਪਈਆ ਖਿੱਚਣ ਜਾਂਦੇ ਨੇ ਕਈ ਜਿਹੜੀਆਂ ਮੁੱਛਾਂ ਵਾਲੇ ਦੰਦੀ ਵੜ ਦਿੰਦੇ ਨੇ ਇੱਥੇ ਖੁਸਰੇ ਵਿਚਾਰੇ ਦੀ ਸਾਰੀ ਗੱਲ ਖਰਾਬ ਕਰ ਦਿੰਦੇ ਨੇ
ਅੱਛਾ ਕੁਛ ਖੁਸਰੇ ਜਿਹੜੇ ਮੌਤ ਦੇ ਖੂਹਾਂ ਤੇ ਨੱਚਦੇ ਉਹਨਾਂ ਦੀ ਤੇ ਵੈਸੇ ਹੀ ਕਿਸਮਤ ਬੜੀ ਖਰਾਬ ਹੁੰਦੀ ਕਿਵੇਂ ਉੱਤੋਂ ਪੈਸੇ ਸੁੱਟਦੇ ਨੇ ਥੱਲੇ ਨੱਚਦੇ ਨੇ ਕਈ ਬੰਦੇ ਠੀਪੇ ਮਾਰਦੇ ਨੇ ਉਹ ਖੁਸਰਿਆਂ ਵਿਚਾਰਿਆਂ ਨੂੰ ਲੱਗਦੀ ਸੱਟ ਉਹ ਨੱਚਦੇ ਨੱਚਦਾ ਮਨਾ ਨਹੀਂ ਕਰਦੇ ਨੇ ਨਾ ਵੀਰਾ ਨਾ ਠੀਪਾ ਨਾ ਮਾਰ ਅੱਖ 'ਚ ਪਾ ਦੇ ਉਹਨਾਂ ਨੂੰ ਵਿੱਕੀ ਰੈਂਬੋ ਨੂੰ ਬੁਲਾ ਤੁਸੀਂ ਬੈਠੋ ਮੈਂ ਤੁਹਾਡੇ ਲਈ ਸੀਨ ਦੇਖਣੀ ਆ ਰੈਂਬੋ ਬਾਅਦ ਜਾਏਗਾ ਪਹਿਲੇ ਮੈਂ ਬੁਲਾਣਾ ਜਿਹੜਾ ਫਿਲਮ ਤੇ ਪੈਸਾ ਲਾ ਰਿਹਾ ਚੌਧਰੀ ਸਾਹਿਬ ਜੀ ਜਨਾਬ ਜੀ ਜਨਾਬ ਕਿੱਥੇ ਰੱਖ ਲਈ ਸ਼ੂਟਿੰਗ ਬਾਈ ਇੱਥੇ ਤੁਹਾਡੇ ਦੋਸਤ ਦੇ ਘਰ ਇਹ ਯਾਰ ਮੇਰੇ ਦਾ ਘਰ ਹਾਂ ਨਾ ਓਏ ਚਾਲੀ ਖਾਲਮ ਹੈ ਆ ਚਾਲੀ ਸਲੀਮ ਹੈ ਆ ਵਰਜਾਈ ਦੋਤੀ ਬੰਨ ਤੇ ਦਰਬਾਰ ਆ ਕਿਹੜੀ ਦੋਤੀ ਬੰਨ ਆ ਵਰਜਾਈ ਹੈ ਮੇਰੀ ਹਾਂ ਜੀ ਜਨਾਬ ਇਹਨਾਂ ਦੀ ਤਾਰੀਫ ਹਾਂ ਜੀ ਇਹ ਕੌਣ ਨੇ ਇਹ ਚੌਰੀ ਸ਼ਫੀ ਦਾ ਪੁੱਤਰ ਹੈ ਐਡਾ ਵੱਡਾ ਹੋ ਗਿਆ ਹੈ ਦੱਸ ਉਹ ਡਾਇਰੈਕਟਰ ਹੈ ਫਿਲਮ ਦੀ ਮੈਡਮ ਸਲੀਮਾ ਅੱਜ ਇਹ ਕੀ ਕਰਦੀ ਹੈ ਹਾਂਜੀ ਵਿੱਚ ਕੀ ਕਰਦੀ ਹੈ ਇਹ ਨਸ਼ਾ ਦਿੰਦੀ ਸਾਰਿਆਂ ਨੂੰ ਉਹਨੇ ਨੂੰ ਕਾਟੇ ਨੂੰ ਮੈਂ ਆਪੇ ਕਰ ਲਾਂਗਾ ਡਾਇਰੈਕਸ਼ਨ ਦਿੰਦੀ ਹੈ ਕੀ ਡਾਇਰੈਕਸ਼ਨ ਦੇਣੀ ਹੈ ਛੱਡ ਦੇ ਮੈਂ ਆਪੇ ਕਰ ਲਾਂਗਾ ਉਹ ਚੌਰੀ ਸਾਹਿਬ ਇਸ ਤਰ੍ਹਾਂ ਫਿਲਮਾਂ ਬਰਬਾਦ ਹੁੰਦੀਆਂ ਨੇ ਕਿਉਂ ਜੀ ਉਹ ਜਿਹੜਾ ਹੁੰਦਾ ਨਾ ਡਾਇਰੈਕਟਰ ਇਹ ਫਿਲਮ ਦਾ ਬਾਪ ਹੁੰਦਾ ਜਿਵੇਂ ਇੱਕ ਫੈਮਿਲੀ ਆਸ ਇੱਕ ਬਾਪ ਹੁੰਦਾ ਨਾ ਫਿਲਮ ਆਸੇ ਵੀ ਇੱਕ ਜ਼ਰੂਰੀ ਹੁੰਦਾ ਹੈ ਇਹ ਫਿਲਮ ਦੀ ਬਾਪ ਹੈ ਇਹ ਫਿਲਮ ਦਾ ਪਿਓ ਹੈ ਹਾਂ ਇਹ ਫਿਲਮ ਚੰਗੀ ਬਣਾਣਾ ਜੀ ਮੈਂ ਫਿਲਮ ਦਾ ਬੰਦਾ ਹਾਂ ਜੀ ਚੌਧਰੀ ਸਾਹਿਬ ਕੀ ਹੋ ਗਿਆ ਤੁਹਾਨੂੰ ਫਿਲਮ ਲਈ ਜਿਹੜਾ 4 ਲੱਖ ਫੜੇ ਮੈਂ ਹੀ ਤੇ ਤੁਹਾਡੇ ਕੋਲ ਫੜੇ ਐ ਤੇ ਰਾਤੀ ਕਿੱਥੇ ਸਹਿਣੀ ਐ ਰਾਤੀ ਕਹਾਣੀ ਦੇ ਉੱਤੇ ਬੜਾ ਲੱਭੀ ਨਹੀਂ ਐ ਚਲੋ ਕਰ ਕੰਮ ਸ਼ੁਰੂ ਕਰਾ ਚੱਲ ਜਲਦੀ ਕਰ ਚੌਧਰੀ ਹਾਂ ਤੂੰ ਮੈਨੂੰ ਐਂ ਕੀਤਾ ਤੇ ਹੋਰ ਕੀ ਚੌਧਰੀ ਤਮੀਜ਼ ਦੇ ਨਾਲ ਉਹ ਚੱਲ ਕੰਮ ਕਰ ਪੈਸੇ ਲਾਏ ਨੇ 10 ਰੁਪਏ ਜ਼ਮੀਨ ਵੇਚੀਏ ਤਮੀਜ਼ ਕਿਹੜੀ ਨਹੀਂ ਚੱਲ ਕੰਮ ਕਰ ਚੌਧਰੀ ਤਮੀਜ਼ ਦੇ ਨਾਲ ਐਵੇਂ ਮੈਂ ਫਿਲਮ ਛੱਡ ਕੇ ਚਲੇ ਜਾਵਾਂਗੀ ਤੈਨੂੰ ਮੇਰਾ ਦਿਮਾਗ ਤਾਂ ਨਹੀਂ ਪਤਾ ਆ ਬਸ ਤੇਰਾ ਪਿਓ ਵੀ ਨਹੀਂ ਜਾ ਸਕਦਾ ਤੂੰ ਜਾਏਂਗੀ ਲੈ ਕੀ ਸਮਝੇ ਐ ਪਈ ਫਿਲਮ ਕਿਹੜੀ ਫਿਲਮ ਬਸ ਕਰ ਦੇ ਮੈਂ ਤੇਰਾ ਨਹੀਂ ਆ ਪਈ ਫਿਲਮ ਤਮੀਜ਼ ਨਹੀਂ ਮੇਰੇ ਨਾਲ ਦੱਸ ਦੇ ਤੈਨੂੰ ਕੀ ਕਰ ਲੇਗਾ ਤੂੰ ਚੌਧਰੀ ਕੀ ਕਰ ਲੇਗਾ ਤੂੰ ਇਹ ਬੱਚੀਆਂ ਲੈ ਆਏ ਹੈ ਅਦਰਾ ਆਪਣੀਆਂ ਲੈ ਆ ਆਪਣੀਆਂ ਲਿਆਣੀਆਂ ਤੇ 10 ਮਰੱਬੇ ਮੈਂ ਜ਼ਰੂਰ ਵੇਚਨੇ ਆ ਤੇ ਮਰੱਬੇ ਵੇਚਨੇ ਆ ਕਿ ਬੱਚੀ ਵੀ ਵੇਚ ਲੈ ਬੱਚੀ ਵੇਚ ਲੈ ਹੁਣ ਤਮੀਜ਼ ਦੀ ਗੱਲ ਕਰਦੀ ਪ੍ਰੋਡਿਊਸਰ ਨਾਲ ਯਾਰ ਘਰ ਘਰੋਂ ਲੈ ਗਿਆ ਤੂੰ ਮੁੱਕ ਕੀਤੀ ਘਰੋਂ ਲੈ ਗਿਆ ਚੱਲ ਕੰਮ ਕਰ ਚੱਲ ਆਰਾਮ ਦੇ ਨਾਲ ਮੈਂ ਚੱਲ ਕੰਮ ਕਰ ਕਰ ਆਰਾਮ ਨਾਲ ਕੀ ਹੁੰਦਾ ਹੈ ਮਸਲਾ ਕੀ ਵੀ ਤੇਰਾ ਮਸਲਾ ਕੀ ਮਸਲਾ ਤੈਨੂੰ ਕੀ ਤੂੰ ਮੈਨੂੰ ਜਾਣਦੀ ਨਹੀਂ ਮਤਲਬ ਤੂੰ ਮੈਨੂੰ ਨਹੀਂ ਜਾਣਦਾ ਕੀ ਕਰੇਗਾ ਦੱਸ ਦੱਸ ਤੈਨੂੰ ਦੱਸਾਂ ਦੱਸਦਾ ਮੈਂ ਤੈਨੂੰ ਦੱਸਦਾ ਮੈਂ ਤੈਨੂੰ ਹੈਲੋ ਅਬ ਖੂ ਹੈ ਉਹ ਜਾ ਸਲੀਮਾ ਦੇ ਘਰ ਫਾਇਰਿੰਗ ਕਰ ਗਿਆ ਪਾਗਲ ਹੋ ਗਿਆ ਚੱਲ ਤੂੰ ਤੂੰ ਆ ਕਰ ਕੋਈ ਇਹਨੇ ਪਾਸੇ ਤੋਂ ਅਜਾ ਬੱਕੂ ਦਰਮਾ ਕੀ ਹੋਣੇ ਜਾ ਨਾ ਕਰ ਯਾਰ ਹਟ ਜਾ ਮਾਰ ਗੋਲੀਆਂ ਤੇ ਪਿਓ ਦੇ ਲੱਤਾਂ 'ਚ ਇਹਨੇ ਸਮਝਿਆ ਕੀ ਏ ਉਹ ਘਰ ਹੀ ਰਾ ਖੋਤੇ ਦੇ ਆ ਪੁੱਤਰਾ ਉਹ ਬੱਕੂ ਇਹ ਮੁੰਡਾ ਕੌਣ ਹੈ ਓਏ ਮੁੰਡਾ ਰੱਖਿਆ ਮੈਂ ਰੱਖਿਆ ਕੀ ਹੈ ਤੂੰ ਫਿਲਮ 'ਚ ਨਹੀਂ ਰੱਖਿਆ ਤੈਨੂੰ ਤੇ ਫਿਲਮ ਉਹਨੂੰ ਵੀ ਕਹਿ ਅਗਲਾ ਪਤਾ ਨਹੀਂ ਕੀ ਸੋਚਣ ਡਿਆ ਹੋਵੇਗਾ ਉਹਨੂੰ ਤਮੀਜ਼ ਦੀ ਗੱਲ ਕਰਨ ਦੀ ਪਿੱਛੇ ਹੋ ਜਾ ਪਿੱਛੇ ਕੀ ਮਸਲਾ ਕੀ ਕਰੇਗਾ ਕੀ ਕਰੇਗਾ ਤੂੰ ਮਰਵਾਲਾ ਜਿਹੜਾ ਛੱਡਾ ਮਰਵਾਲਾ ਮਾਰਾ ਛੱਟਾ ਮਰਵਾਲਾ ਛੱਟਾ ਦੇ ਮਾਰਾ ਛੱਟਾ ਮਾਰ ਛੱਟਾ ਨਹੀਂ ਸਾਰੀ ਗਿੱਲੀ ਹੋ ਜਾਏਗੀ ਨਹੀਂ ਤੂੰ ਜਾਣਦੀ ਨਹੀਂ ਚੌਧਰੀ ਨੂੰ ਤਮੀਜ਼ ਨਹੀਂ ਤੈਨੂੰ ਜਾਣ ਦੇ ਖੁਦਾ ਦਾ ਵਾਸਤਾ ਸਾਰੀ ਗਿੱਲੀ ਹੋ ਜਾਏਗੀ ਪਾਣੀ ਵਾਲੇ ਪੈਪ 'ਚ ਭਰੀਆਂ ਨੇ ਗੋਲੀਆਂ ਉਹਨੇ ਪਾਣੀ ਵਾਲਾ ਪੈਪ ਨਹੀਂ ਪੰਪ ਐਕਸ਼ਨ ਪੁੱਤਰ ਤੇਰੀ ਬਣ ਗਈ ਫਿਲਮ ਬੱਚੇ ਤੇਰੀ ਬਣ ਗਈ ਫਿਲਮ ਕੁੜੀ ਹੈਲਪਰ ਦੀ ਨਸ਼ਾ ਕਰਨ ਨਹੀਂ ਲੱਗਦੀ ਤੈਨੂੰ ਇਹ ਕੌਣ ਹੈ ਇਹ ਤੇ ਜਿਹੜੇ ਟੋਨ ਹੋਣਗੇ ਉਹਨਾਂ ਨੂੰ ਘਰ ਛੱਡ ਗਿਆ ਹੈਗੀ ਓ ਯਾਰ ਫਿਲਮ ਵਿੱਚ ਹੀਰੋ ਕਿਹੜਾ ਰੱਖਿਆ ਜੇ ਰੈਂਬੋ ਰੱਖਿਆ ਜੇ ਰੈਂਬੋ ਕੌਣ ਹੈ ਰੈਂ ਮੈਡੀਕਲ ਸਟੋਰ ਤੇ ਕੰਮ ਕਰਦਾ ਉਹ ਕੌਣ ਫਿਲਮ ਵਿੱਚ ਪਾ ਲਿਆ ਜੇ ਫਿਲਮ ਸਟਾਰ ਹੈ 150 ਫਿਲਮ ਕੀਤੀ 70 ਉਹਦੇ ਟਾਈਟਲ ਨੇ ਓਏ ਕੋਈ ਉਹਨੂੰ ਐਕਟਿੰਗ ਉਕਟਿੰਗ ਆਉਂਦੀ ਏ ਨਹੀਂ ਉਹਨੂੰ ਉਲਟੀਆਂ ਆਉਂਦੀਆਂ ਨੇ ਜੇ ਨਹੀਂ ਆਉਂਦੀ ਤੇ ਪਾਇਆ ਨਾ ਫਿਲਮ ਵਿੱਚ ਓ ਵਿੱਕੀ ਪੁੱਤਰ ਜੇ ਐਕਟਰ ਚੰਗਾ ਤੇ ਪਾਓ ਨਹੀਂ ਤੇ ਮੇਰੇ ਮਾਮੇ ਦਾ ਮੁੰਡਾ ਪਾਓ ਉਹ ਕੀ ਕਰਦਾ ਏ ਐਸਾ ਵਧੀਆ ਐ ਲੱਗ ਚੁੱਕੇ ਤੇ ਏਡੀ ਸੋਹਣੀ ਰੱਖਦਾ ਹੈ ਅੱਜ ਤੱਕ ਇਹ ਫਿਲਮ ਵਿੱਚ ਆਈਟਮ ਹੋਈ ਨਹੀਂ ਹੋਣੀ ਬਸ ਚੌਰੀ ਇੱਕ ਕੰਮ ਕਰ ਫਿਰ ਤੂੰ ਹਾਂ ਫਿਲਮ ਨਾ ਬਣਾ ਇੱਕ ਰੇੜੀ ਬਣਾ ਤੇ ਉੱਤੇ ਪਾ ਕੇ ਉਹਨੂੰ ਮੰਗਿਆ ਕਰ ਯਾਰ ਕਰਾ ਫਿਰ ਫੋਨ ਕਰਾ ਮੈਨੂੰ ਕਾਹਦੇ ਲਈ ਫੋਨ ਕਰਾਂ ਉਹ ਬੁਲਾ ਜਿਹੜਾ ਵੀ ਰੈਂਬੋ ਰੂੰਬੋ ਹੋਏ ਉਹ ਸਾਹਿਬ ਇਹ ਕੀ ਰੈਂਬੋ ਨੂੰ ਅੱਗ ਲੱਗ ਗਈ ਏ ਚੀਨੀ ਦਾ ਭਾਅ ਤੇ ਵੇਖੋ ਕਿੱਥੇ ਗਿਆ ਹੋਇਆ ਚੀਨੀ ਦੇ ਭਾਅ ਨੂੰ ਇੰਨੇ ਦਿਨ ਹੀ ਆਉਣੇ ਨੇ
ਕਰਾਓ ਸ਼ੁਰੂ ਕੰਮ। ਉਹਦਾ ਤਾਂ ਜੁੱਤੀ ਜਿੱਡਾ ਜਿੱਡਾ ਬੋਲ ਰਿਹਾ ਪੁੱਤਰ, ਰੈਂਬੋ ਕਿੱਥੇ ਹੀ ਸੁਣਿਆ ਪੁੱਤਰ, ਮੈਂ ਰੰਗ ਰੁੰਗ ਨਹੀਂ ਵੇਖਦਾ ਹੁੰਦਾ। देखो देखो है शाम बड़ी दीवानी, धीरे धीरे बन जाए ना कोई कहानी। देखो देखो है शाम बड़ी दीवानी, धीरे धीरे बन जाए ना कोई कहानी। दिल पर है दिलकश है कितने सितारे हैं। अकलो होश नमीदानम, हम है दिल है नरजानम, बस दीवानगी 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 है, ना कोई रहसल ना रहबर, ये इल्जाम लगे किस पर, बस दीवानगी 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 है। ऑल हार्ट केड़ा हीरो है जी जेड़ा आंदे इथे नलके ही लान लग पिया है। ओ कोई चाहिदा हीरो ते रख दे। ਕੀ ਹਾਂਜੀ, ਆ ਕੌਣ ਹੈ ਭਾਈ? ਇਹ ਨਜੂਮੀ ਹੈ, ਵੇਖਦਾ ਨੀ ਮੈਂ ਸਿਰ ਤੇ ਤੋਤੇ ਪਾਏ ਨੇ। ਇਹ ਜੋ ਵੀ ਹੈ ਤੈਨੂੰ ਪਤਾ ਮੇਰੀ ਇੱਕ ਭੈੜੀ ਆਦਤ ਹੈ। ਕਿਹੜੀ? ਸੈੱਟ ਤੇ ਫਾਰਤੂ ਬੰਦਾ ਹੋਏਗਾ ਮੈਂ ਸ਼ੂਟਿੰਗ ਨਹੀਂ ਕਰਾਂਗਾ। ਫਾਰਤੂ ਨਹੀਂ ਜਨਾਬ, ਪ੍ਰੋਡਿਊਸਰ ਇਹ ਪੈਸਾ ਲੱਗ ਰਿਹਾ ਉਹਦਾ। ਪ੍ਰੋਡਿਊਸਰ ਪੈਸਾ ਲੱਗ ਰਿਹਾ, ਮੈਂ ਕੀ ਕਰਾਂ? ਮੈਡਮ ਮੈਂ ਫਿਲਮ ਕਿਹਦੇ ਨਾਲ ਕੀਤੀ ਹੈ? ਅੱਜ ਮੇਰੇ ਨਾਲ। ਐਡਵਾਂਸ ਮੈਨੂੰ ਕਿਹਨੇ ਦਿੱਤਾ ਹੈ? ਮੈਂ ਕਿਸੇ ਪ੍ਰੋਡਿਊਸਰ ਨੂੰ ਨਹੀਂ ਜਾਣਦਾ, ਮੇਰੇ ਨਾਲ ਡਾਇਰੈਕਟ ਕਰ ਕਰੋਗੇ ਬਸ। ਪੈਸੇ ਲਾਂਦਾ ਪਿਆ। ਪੈਸੇ ਲਾਂਦਾ ਪਿਆ। ਓਏ ਓਏ ਸ਼ੈਂਬੋ ਰੈਂਬੋ ਓਏ ਜਿਆ। ਫਾਲਤੂ ਬੰਦਾ ਇਥੋਂ ਨਿਕਲੇਗਾ ਤੇ ਮੈਂ ਜਾਵਾਂਗਾ। ਅੱਜ ਜਿਹੜਾ ਘਰ ਨੇ ਬਰਜਾਈ ਦੇ ਆਪਣੀ ਨੇ ਜਿਹੜਾ ਕੀਮਾ ਬਣਾਇਆ ਉਹਦੇ ਪਿੱਛੇ ਮੇਰੀ ਇਨਵੈਸਟਮੈਂਟ ਹੈ। ਘਰ ਬਹਿ ਕੇ ਕਹਿ ਰਹੇ ਸੀ ਨਾ ਕਿ ਜਾਨੂ ਬੜਾ ਚੰਗਾ ਬਣਿਆ ਹੈ, ਉਹ ਜਿਹੜੀਆਂ ਹਰੀਆਂ ਮਿਰਚਾਂ ਕੱਟ ਕੇ ਪਾਈਆਂ ਨੇ ਉਹ ਮੇਰੇ ਥੱਬੂ ਲੱਗੇ ਨੇ ਪਿੱਛੋਂ। ਪਤਾ ਸਮਝੇ ਤੇਰੀ ਇਨਵੈਸਟਮੈਂਟ ਨਹੀਂ ਪੁੱਤਰ। ਤੂੰ ਮੈਨੂੰ ਐਡਵਾਂਸ ਦਿੱਤਾ? ਮੈਂ ਨਹੀਂ ਦਿੱਤਾ, ਪਹੁੰਚਿਆ ਦੇਣਾ। ਐਡਵਾਂਸ ਤੁਹਾਡੇ ਕੋਲੋਂ ਆਇਆ, ਫਾਲਤੂ ਬੰਦਾ ਸੈੱਟ ਤੇ ਹੋਏਗਾ ਮੈਂ ਸ਼ੂਟਿੰਗ ਨਹੀਂ ਕਰਾਂਗਾ। ਜੇ ਆਖੇਗਾ ਤੇ ਕਰਾ ਲਓ ਸ਼ੂਟਿੰਗ। ਚੌਧਰੀ ਦੀ ਫਿਲਮ ਨਾ ਛੱਡੀ, ਮੈਂ ਦੱਸ ਦਿੰਦਾ ਤੈਨੂੰ, ਦੱਸ ਦਿਆਂ। ਇੱਕ ਮਿੰਟ ਭਾਈ, ਤੇਰੇ ਨਾਲ ਮੇਰੀ ਗੱਲ ਹੀ ਕੋਈ ਨਹੀਂ ਹੋਈ। ਰੈਂਬੋ ਮਰਨੇ ਪੁੱਤਰ, ਮਰਨੇ ਦੱਸ ਕੀ ਮਰਨੇ? ਇਹ ਤੂੰ ਜਾ ਹੀ ਨਾ ਫਿਲਮ ਛੱਡ ਕੇ। ਮੈਂ ਸਮਾਨ ਚੁੱਕ। ਸਮਾਨ ਕਿਹੜਾ ਚੁੱਕ? ਕਿਹੜਾ ਸਮਾਨ ਚੁੱਕ? ਤੂੰ ਜਾ ਕੇ ਵਿਖਾ ਮੈਨੂੰ, ਪਾਗਲ ਹੋਇਆ? ਚੌਧਰੀ ਫਿਲਮ ਛੱਡ ਨਾਲ ਗੱਲ ਹੀ ਨਹੀਂ। ਕਾਹਦੀ? ਚੌਧਰੀ ਦੀ ਫਿਲਮ ਯਾਰ। ਦੱਸਾਂ ਤੈਨੂੰ ਮੈਡਮ, ਮੈਂ ਐਡਵਾਂਸ ਵਾਪਸ ਕਰਾਂਗਾ, ਮੈਂ ਕੋਈ ਫਿਲਮ ਨਹੀਂ ਕਰਦੀ। ਆ ਬਖੂ ਓਏ, ਆ ਜਾ ਰੈਂਬੋ ਦੇ ਘਰ ਫਾਇਰਿੰਗ ਕਰਕੇ ਆ ਪੁੱਤਰ। ਇਹਨੇ ਸਮਝਿਆ ਕੀ ਏ? ਓਏ ਬੱਕੂ ਕੰਮ ਤੇ ਨਹੀਂ ਜਾਂਦਾ? ਦੱਸ ਸਹੀ ਕੀ ਕਿਹਾ ਫੋਨ ਤੇ? ਕੀ ਕਿਹਾ? ਤੇਰੇ ਘਰ ਫਾਇਰਿੰਗ ਹੋਣੀ ਹੈ? ਮੇਰੇ ਘਰ? ਹਾਂ ਫਾਇਰਿੰਗ ਜੀ। ਤੂੰ ਕਰਾਏਗਾ? ਮੈਂ ਕਰਾਵਾਂ? ਤੇ ਉਹਦਾ ਪੁੱਤਰ ਤੇ ਹੁਣ ਕਰਾ ਓਏ। ਓਏ ਰੰਬ ਤਮੀਜ਼ ਨਾਲ ਓਏ, ਤਮੀਜ਼ ਨਾਲ ਕੀ ਆ ਬੱਕੂ ਓਏ, ਮੈਂ ਕਿਹਾ ਓਏ ਮਰਨੇ ਮਰਨੇ ਰਹਿ ਕਿਆ ਹੁੰਦਾ ਹੈ? ਓ ਬੱਕੂ ਜਾ ਹਟ, ਰੰਬੋ ਸਾਹਿਬ ਨਾ ਕਰੋ। ਇੱਕ ਮਿੰਟ ਠਹਿਰ ਜੀ, ਹਰ ਕਿਉਂ ਨਾ ਕਰੋ? ਇਹ ਮਿੰਟ ਕੀ ਹੁੰਦਾ ਹੈ? ਅਗਲਾ ਤੜੀਆਂ ਲਾਈ ਜਾਂਦਾ ਹੈ। ਕੰਮ ਨਹੀਂ ਹੈ, ਤੂੰ ਕਿਸੇ ਹੋਰ ਐਕਟਰ ਨਾਲ ਕੰਮ ਕੀਤਾ ਹੋਏਗਾ। ਤੂੰ ਮੈਨੂੰ ਜਾਣਦਾ ਨਹੀਂ? ਮਤਲਬ ਉਹ ਮੈਨੂੰ ਨਹੀਂ ਜਾਣਦਾ। ਤੂੰ ਕੀ ਹੈ? ਹੈ ਫਾਇਰਿੰਗ ਕਰਾਣੀ ਹੈ? ਓ ਬੱਕੂ ਓਏ, ਫਾਇਰਿੰਗ ਕਰਾਣੀ ਹੈ? ਫਾਇਰਿੰਗ ਕਰਾਣੀ ਹੈ? ਮੈਂ ਕਰਾਣੀ ਫਾਇਰਿੰਗ? ਪਿਓ ਦਾ ਪੁੱਤਰ ਕਰਾ ਫਾਇਰਿੰਗ? ਓਏ ਮੇਰੀ ਗੱਲ ਸੁਣ, ਤੂੰ ਵੀ ਨਾ ਕਰਾ ਫਾਇਰਿੰਗ। ਮੈਂ ਦੱਸ ਫਿਰ ਹੁਣ ਨਹੀਂ ਕਿ ਨਹੀਂ? ਓਏ ਬੱਕੂ ਓਏ, ਕਰਾ ਮਰਨੇ ਕਰਾ ਮਰਨੇ 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 ਮੈਂ ਕਰਾ ਕਰਾ ਫਾਇਰਿੰਗ ਓਏ ਕਰਾ ਫਾਇਰਿੰਗ ਕਰਾ ਕਰਾ ਫਾਇਰਿੰਗ ਕਰਾ। ਅਬ ਬੱਕੂ ਨਾ ਜਾਵੀਂ, ਬਰਾਦਰੀ ਨਿਕਲਿਆ ਹੈ। ਜਿੰਨਾ ਕੰਮ ਕਰਨਾ ਕਰੋ ਜਨਾਬ। ਜਨਾਬ ਚੰਗਾ ਭਲਾ ਮਾਮੇ ਦਾ ਮੁੰਡਾ ਕਹਿੰਦਾ ਸੀ ਕੋਈ ਫੈਕਟਰੀ ਪਾ ਲੈ, ਕੋਈ ਫਾਲਤੂ ਬੰਦਾ ਨਹੀਂ ਆਏਗਾ। ਸ਼ੌਂਕ ਹੈ
ਭਾਣ ਪੈਂਟ ਕਿਸ ਤਰ੍ਹਾਂ ਪਾਉਂਦੇ ਹੋ? ਚਲੋ ਯਾਰ ਮੇਰੀ ਕੁਰਸੀ ਤੇ ਬਹਿ ਗਏ। ਓ ਚਲੋ ਛੱਡੋ ਜਨਾਬ, ਮੂਡ ਬਣਾਓ ਤੁਸੀਂ ਜੀ। ਓਏ ਬਸ ਓਏ, ਮੂਡ ਬਣਾਓ, ਮੂਡ ਬਣਾਓ ਸਰ, ਮੂਡ ਬਣਾਓ। ਕੀ ਕਰਨਾ ਕੀ ਹੈ? ਇੱਕ ਮਿੰਟ ਯਾਰ, ਇੱਕ ਮਿੰਟ, ਇੱਕ ਮਿੰਟ। ਹੈਲੋ ਜੀ, ਪਹਿਲੇ ਕਹਿੰਦੇ ਸਾਡੀ ਸ਼ਿਫਟ 'ਚ ਫੋਨ ਜ਼ਰਾ ਘੱਟ ਸੁਣਿਆ ਕਰੋ। ਇੱਕ ਮਿੰਟ ਜੀ ਜੀ ਜੀ, ਨਹੀਂ ਭਾਈ ਜੀ, ਸਾਰੀ ਸ਼ਿਫਟ ਫੋਨਾਂ 'ਚ ਨਿਕਲ ਜਾਂਦੀ ਹੈ, ਕੰਮ ਅਸੀਂ ਸੁਆਹ ਕਰਨਾ ਇੱਥੇ। ਹਾਂ ਹਾਂ ਮਲਿਕ ਸਾਹਿਬ, ਹੋਈ ਹੈ ਤੁਹਾਡੇ ਨਾਲ ਗੱਲ? ਲਓ ਉਹ ਤੁਹਾਨੂੰ ਫਿਲਮਾਂ ਪੜਨ ਲੱਗ ਪਏ, ਪਹਿਲੇ ਸ਼ੈਕਿੰਗ ਦੱਸ ਦਿੱਤਾ ਹੋਣਾ ਆਹਨਾਂ ਨੇ। ਫਿਲਮ ਤੇ ਕਰਾਂਗੇ, ਕੰਮ ਹੀ ਇਹੀ ਕਰਨਾ, ਹੋਰ ਕੀ ਕਰਾਂਗੇ। ਹਾਂ ਪੈਸੇ ਉਨੇ ਹੀ ਆਉਣਗੇ ਪੂਰੇ, 15 ਲੱਖ। 15 ਲੱਖ ਰੁਪਏ? ਨਹੀਂ ਨਹੀਂ ਨਹੀਂ, ਪੈਸੇ ਅੱਗੇ ਪਿੱਛੇ ਨਹੀਂ ਕਰਾਂਗਾ, ਪੈਸੇ ਨਹੀਂ ਨਾ ਨਾ, ਰੁਪਇਆ ਉੱਤੇ ਥੱਲੇ ਨਹੀਂ ਹੋਏਗਾ। ਜੇ ਕਰਾਉਣਾ ਤਾਂ ਠੀਕ ਹੈ, ਨਹੀਂ ਤੇ ਨਾ 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 ਨਾ, ਪੈਸੇ ਨਹੀਂ ਮੈਂ ਘਟਾਉਣੇ। ਲਓ ਯਾਰ ਹੁਣ 15 ਲੱਖ ਵੀ ਨਾ ਲਈਏ ਯਾਰ। ਹਾਂ ਮੈਂ ਨਹੀਂ ਨਹੀਂ ਮੈਂ ਨਹੀਂ ਘਟਾਉਣੇ, ਨਹੀਂ ਨਹੀਂ ਨਹੀਂ। ਤੇ ਕੀ ਕਰੋਗੇ, ਕੀ ਕਰੋਗੇ, ਕੱਟ ਕਰ ਦਿਓਗੇ? ਨਾ ਕਰੋ, ਕੱਟ ਕਰਕੇ ਸ਼ਾਮ ਨੂੰ ਰੱਖ ਲੈਣਗੇ ਫਿਰ। ਲੈ ਕਿਹਨੂੰ ਲੈਣਾ ਜੇ ਸ਼ਾਮ ਨੂੰ? ਚਲੋ ਫਿਰ ਇੱਕ ਆਖਰੀ ਗੱਲ ਮੇਰੀ ਸੁਣ ਲਓ, ਹੁਣ ਮੈਂ ਫਾਈਨਲ ਗੱਲ ਕਰਨ ਲੱਗਿਆ, ਰੁਪਇਆ ਉੱਤੇ ਨਾ ਥੱਲੇ, ਪੂਰਾ ਰੁਪਇਆ ਲਵਾਂਗਾ 50,000। ਉਹ ਤਾਂ ਵਾਕਈ ਪਠਾਨ ਨਿਕਲਿਆ, 4,000 ਵਾਲਾ ਕਲੀਨ 200 ਚ ਦੇ ਚੱਲਿਆ ਜੀ। ਆਹ ਠੀਕ, ਮੈਂ ਭੇਜਣਾ ਮੁੰਡੇ ਨੂੰ। ਓਏ ਆਪਣਾ ਚੰਨ ਜੀ ਜਨਾਬ, ਜਾ ਯਾਰ ਚੋਈ ਸਾਹਿਬ ਕੋਲੋਂ ਫਿਲਮ ਦਾ ਐਡਵਾਂਸ 5,000 ਫੜ ਗਿਆ। ਏ ਹੀਰਵਲ ਕੌਣ ਜਨਾਬ? ਹੀਰਾ ਜੀ, ਹੀਰਾ। ਹੀਰਾ ਕੌਣ ਹੈ? ਹੀਰਾ ਬੜੇ ਉਹ ਮਸ਼ਹੂਰ ਕੁੜੀ ਰੱਖਣ ਜੇ ਫਿਲਮ ਹੋ ਰਿਹਾ, ਸਕੈਂਡਲ ਬਣਨ ਦੇ ਨੇ ਉਹਦੇ। ਕਿਹੜੀ? ਚੰਗੇ ਭਲੇ ਸਕੈਂਡਲ ਚੱਲੇ, ਕੁੱਤੇ ਕੇ ਬੱਚੇ ਤੁਮਨੇ ਮੇਰੇ ਉੱਪਰ ਇਲਜ਼ਾਮ ਲਗਾਇਆ ਜੇ ਮੈਨੇ ਤੁਹਾਡੇ ਸਾਥ ਸ਼ਾਦੀ ਕਿਉਂ, ਮੇਰਾ ਬਾਪ ਮਰ ਜਾ ਲਾਹੌਰ ਚੋਂ, ਉਹਦੇ 26 ਬੰਦੇ ਮਰ ਚੁੱਕੇ ਨੇ। ਪਹਿਲੇ ਕੇਸਾਂ ਲਈ ਔਰਤ ਰੱਖ ਲਈਏ, ਬੁਲਾਓ ਕਿਹੜੀ ਹੈ ਜੀ? ਮੈਡਮ ਕਰਨੀ ਹੋਏ, ਇਹਦੇ ਪਿਛਲਾ ਉਠਾ ਦਿਓ। ਹਾਏ ਮੇਰੇ ਪਾਸ ਟਾਈਮ ਬਹੁਤ ਕਮ ਹੈ, ਪਲੀਜ਼ ਜਲਦੀ ਕਰਵਾਓ। ਔਰ ਮੈਡਮ ਟਾਈਮ ਟੂਮ ਕਮ ਨਹੀਂ ਹੈ, ਆਪਨੇ ਪੂਰੀ ਸ਼ਿਫਟ ਦੇਣੀ ਇਧਰ। ਕੀ ਮਤਲਬ ਸ਼ਿਫਟ ਦੇਣੀ ਹੈ? ਨਹੀਂ ਸ਼ੁਰੂ ਕਰਾਣੀ, ਆ ਆ ਆ ਜਾ ਸ਼ੁਰੂ ਕਰ। ਹਾਏ ਕੀ ਤਾਰੇ? ਆਧਾ ਘੰਟਾ ਠਹਿਰ ਜਾ, ਖੁਦ ਕਰੇਗੀ। ਵਾਟ ਡੂ ਯੂ ਮੀਨ? ਉਹ ਕਰਾਓ ਸੀਨ ਪਹਿਲਾਂ ਸ਼ੁਰੂ। ਕੌਣ ਹੈ ਇਹ? ਆ ਪ੍ਰੋਡਿਊਸਰ ਹੈ, ਪੈਸਾ ਲਾਣਦੇ ਆ। ਕੀ ਪ੍ਰੋਡਿਊਸਰ ਹੈ? ਯਾਰ ਉਹ ਕੋਈ ਨਹੀਂ ਆਉਂਦਾ। ਨਹੀਂ ਕਰਨੀ ਸ਼ੁਰੂ ਕਰਦਾ। ਹੈਲੋ, ਡੋਨਟ ਟੱਚ ਮੀ। ਓਕੇ, ਮੈਂ ਪ੍ਰੋਡਿਊਸਰ ਹਾਂ, ਡੋਨਟ ਟੱਚ ਮੀ ਨਹੀਂ। ਹਾਂ Who are you? ਹੈਂ? ਤੂੰ ਪ੍ਰੋਡਿਊਸਰ ਹੋ? ਹਾਂ। ਕੀ ਕਿਹਦਾ ਪ੍ਰੋਡਿਊਸਰ ਹੈ? ਇਤਨਾ ਬਦਤਮੀਜ਼ ਪ੍ਰੋਡਿਊਸਰ ਹੋਰ ਕਿਸ ਤਰ੍ਹਾਂ ਦੇ ਹੁੰਦੇ ਨੇ? ਮੇਰੇ ਨਾਲ ਤਮੀਜ਼ ਸੇ ਬਾਤ ਕਰਨੀ? ਓਕੇ, ਮਾਨਕ ਸੁਣਦੇ ਨੇ। ਦੱਸ ਤੇ ਸਹੀ, ਪ੍ਰੋਡਿਊਸਰ ਮਾਈ ਫੁੱਟ 2 ਲੱਖ ਰੁਪਏ ਐਡਵਾਂਸ ਦਿੱਤਾ ਹੈ, ਮਾਈ 2 ਫੁੱਟ। ਦੱਸ ਤੇ ਸਹੀ, ਤਮੀਜ਼ ਨਹੀਂ ਗੱਲ ਕਰਨ ਦੀ? ਤੇ ਕਿਹੜੀ ਹੀਰੋਇਨ ਲਿਆਂਦੀ ਹੈ? ਹਾਂ ਮੇਰੇ ਸਾਥ ਤਮੀਜ਼ ਸੇ ਬਾਤ ਕਰ ਰਹੀ? ਓਕੇ, ਦੱਸੋ ਤੈਨੂੰ, ਦੱਸੋ ਕਿ ਕੀ ਬਤਾਓਗੇ, ਕੀ ਬਤਾਓਗੇ? ਹਾਂ ਚਲੋ, ਉਹ ਬਸ ਓਏ ਕਹਿਣਾ ਛੱਡ, ਅਬ ਬਖੂ ਓਏ ਦੱਸ ਤੇ ਸਹੀ, ਰੋਟੀਆਂ ਪਕਾ ਓਏ ਛੱਡ ਯਾਰ। ਹੈਲੋ, ਉਹ ਜਾ ਰੈਂਬੋ ਸਾਹਿਬ ਵਾਸਤੇ ਬੋਤਲ ਗੱਲ ਪੁੱਤਰ। ਵੱਡਾ ਕੀ ਤਾਂ ਲੱਗੇ ਬੈਠੋ। ਹਾਂਜੀ ਕੀ ਕਰਨਾ, ਜਲਦੀ ਕਰੋ ਯਾਰ। ਓ ਯਾਰ ਮੇਰੀ ਗੱਲ ਸੁਣ, ਤੂੰ ਆਪਣਾ ਭਰਾ ਹੈ, ਤੇਰੇ ਨਾਲ ਫ੍ਰੀ ਵੀ ਹੈ, ਗੱਲ ਤੇ ਇੱਕ ਦੱਸ। ਹਾਂ, ਇਹ ਬੰਦਾ ਸਾਡੀ ਇੱਜ਼ਤ ਕਿਉਂ ਨਹੀਂ ਕਰ ਰਿਹਾ ਯਾਰ? ਤੁਸੀਂ ਵੀ ਤੇ ਹੀਰੋ ਬਣੋ ਨਾ ਰੈਂਬੋ ਸਾਹਿਬ, ਤੁਸੀਂ ਆਟੇ ਦੀ ਲਾਈਨ 'ਚ ਵੀ ਲੱਗੇ ਹੁੰਦੇ ਹੋ। ਬੰਦਾ ਮਨੋਜ ਕੁਮਾਰ ਨੂੰ ਹੱਥ ਹੀ ਰੱਖ ਲੈਂਦਾ। ਕਰਵਾਤਾ ਨਾ ਮੇਰਾ ਮੂੰਹ ਕਾਲਾ, ਚੱਲ ਮਾਫ ਕਰ ਦੇ, ਮਾਫ ਕਰ ਦੇ ਫੈਸਲ ਕੁਰੈਸ਼ੀ, ਮਾਫ ਕਰ ਦੇ। ਮੈਨੇਜ ਕਰੋ ਯਾਰ, ਅੱਛੀ ਮੈਂ ਪੀਉਂਗੀ ਮਿਕਸ ਫਲੇਵਰ ਜੂਸ। ਮਿਕਸ ਮਿਕਸ ਫਲੇਵਰ, ਮਿਕਸ ਫਲੇਵਰ, ਹਾਂ ਮਿਕਸ ਫਲੇਵਰ, ਯਾ ਆਪਾਂ ਤਾਂ ਮਿਕਸ ਫਲੇਵਰ ਹੈ। ਆਪ ਕੌਣ ਸਾ ਪੀਏਗੇ? ਔਰੇਂਜ, ਔਰੇਂਜ ਆਪ, ਔਰੇਂਜ ਪੀਏਗੇ। ਆਪਨੇ ਤਾਂ ਕੱਚੀ ਨਸੀ ਪੀ ਲਈ ਹੈ ਨਾ, ਆਪਨੇ ਕਿਆ ਪੀਣਾ? ਫਲ ਸੇ ਨਾ। ਹਾਂ ਤੁਸੀਂ ਕਿਹੜਾ ਪੀਓਗੇ ਜੀ? ਮਿਕਸ ਫਲੇਵਰ। ਅੱਛਾ ਅੱਛਾ, ਰੈਂਬੋ ਸਾਹਿਬ ਤੁਸੀਂ
ਔਰੇਂਜ ਤਾਂ ਮੁੰਡਿਆ ਤੂੰ ਕਿਹੜਾ ਫਲ ਸਿਆਣਾ ਮੈਨੂੰ ਫੈਣ ਦਿੱਤੀ ਏ ਐ ਤੁਸੀਂ ਕੀ ਕਲਾ ਕਰਨਿਆ ਤੇ ਮੈਨੂੰ ਬੈਣ ਦਿੱਤੀ ਤੂੰ ਜੂਸ ਉਹਨੂੰ ਪਿਆਗਾ ਜਿਹੜਾ ਤੈਨੂੰ ਪੈਣ ਦੇਗਾ ਕਿਹੜਾ ਪੀਣਾ ਏ ਆ ਕੌਣ ਦਾ ਪੀਏਗੀ ਆ ਬਨਾਨਾ ਐ ਲੋ ਐ ਬਨਾਨਾ ਦਾ ਪੀਏਗੀ ਆ ਜਾ ਤੁਸੀਂ ਇੱਧਰ ਆ ਜਾ ਥੋੜਾ ਜਿਹਾ ਸੈਂਸ ਕੋਲੋਂ ਕੰਮ ਲਈਦਾ ਹੁੰਦਾ ਉਹ ਬਨਾਨਾ ਬਨਾਨਾ ਹੁੰਦਾ ਬਨਾਨਾ ਬਨਾਨਾ ਮੀਨ ਕੇਲੇ ਦਾ ਜੂਸ ਬਨਾਨਾ ਦਾ ਪਸੀਨਾ ਹੁੰਦਾ ਜੀ ਵਿੱਕੀ ਪੁੱਤਰ ਗਿਆ ਇਹ ਤਿੰਨ ਜੂਸ ਲੈ ਪੁੱਤਰ 1000 ਰੁਪਏ ਤਿੰਨ ਜੂਸ ਲੈ ਬਨਾਨਾ ਤੇ ਉਹਨਾਂ ਵਾਸਤੇ ਜਿਹੜਾ ਉਹਨੇ ਨੱਕਿਆ ਉਹਨਾਂ ਵਾਸਤੇ ਸੁਨਾਨਾ ਹਾਂ ਤੇ 1000 ਦਾ ਨਾ ਕਾਰਡ ਲੈ ਵੀ ਜਾਇਜ਼ ਦਾ ਤੇ ਬਕਾਇਆ ਤੂੰ ਲੈ ਲਵੀ ਇਹ ਕਿਹੜੇ ਮੁਲਕ 'ਚ ਨੇ ਤੁਹਾਡੇ ਆਪਾਂ ਜੀ ਜਿਹੜੇ ਇਹ ਪੈਸੇ ਭੇਜਦੇ ਨੇ 2000 ਹੈ ਪੂਰਾ ਹੈ ਜਾ ਲੈ ਨਹੀਂ ਮੈਂ ਦੇਣਾ ਕੁਛ ਵੀ ਰੱਖ ਲਵੀ ਤੂੰ ਅੱਜ ਮੇਰੇ ਯਾਰ ਕੀ ਸ਼ਾਦੀ ਹੈ ਪਾਣੀ ਠੰਡਾ ਪਾਣੀ ਅਭੀ ਕੇ ਦੇ ਆ ਬਾਜ ਕੇ ਪੁੱਤਰ ਦੌੜ ਗਿਆ ਮੇਰਾ ਬੱਚਿਆ ਠੰਡਾ ਪਾਣੀ ਇਹ ਪੈਸੇ ਮੇਰੇ ਫੜਾ ਆ ਪਿਆ ਇੱਕ ਨੂੰ ਠੰਡਾ ਪਾਣੀ ਚਲੋ ਜੀ ਠੰਡਾ ਪਾਣੀ ਠੰਡਾ ਪਾਣੀ ਜੀ ਠੰਡਾ ਪਾਣੀ ਇਹ ਪਾਣੀ ਮੈਂ ਪੀਣਾ ਆ ਹੋਰ ਕਿਹਨੇ ਪੀਣਾ ਇੱਕ ਮਿੰਟ ਅੱਗੋ ਆ ਇਹ ਪਾਣੀ ਮੈਂ ਪੀਣਾ ਤੈਨੂੰ ਪਤਾ ਨਾ ਕਰੋ ਇਸ ਨੂੰ ਹੋਇਆ ਕੀ ਇਹ ਗਲਾਸ ਹੈ ਤੇਰਾ ਗਲਾਸ ਵੇਖੋ ਕਿਹੜਾ ਕਿੱਥੋਂ ਪਾਣੀ ਲਿਆਂਦੇ ਆ ਪਾਣੀ ਕਿਹਾ ਸੀ ਫਿਰ ਮੈਂ ਲੋਟੇ 'ਚ ਲੈਂਦਾ ਮੈਡਮ ਨੂੰ ਪਿਆ ਲੋਟੇ 'ਚ ਲਾਇਆ ਹੋਰ ਵੀ ਐਕਟਰ ਨੇ ਲੋਟਾ ਬਰੀ ਕੰਪਾਊਂਡ ਲਓ ਜੀ ਹਾਊ ਡਿਸਕਸਟਿੰਗ ਹੈ ਮਰ ਗਿਆ ਕੀ ਕੀ ਹੋ ਗਿਆ ਕ੍ਰੇਜੀ ਕ੍ਰੇਜੀ ਆਏ ਆ ਕੀ ਹੋ ਗਿਆ ਹਾਊ ਡਿਸਕਸਟਿੰਗ ਕੀ ਹੋਇਆ ਮੈਂ ਇਸ ਕਲਾਸ 'ਚ ਪਾਣੀ ਪੀਉਂਗੀ ਇਤਨੀ ਸਮੈਲ ਆ ਰਹੀ ਇਸ ਵਿੱਚ ਸੇ ਜਰਾ ਇਹਦੇ 'ਚ ਸਮੈਲ ਨਹੀਂ ਆਈ ਇਹਦੇ 'ਚ ਸਮੈਲ ਇਹਦੇ ਸਮੈਲ ਆ ਰਹੀ ਹਾਂ ਤੇ ਰਾਤੀ ਜਾ ਪੌਣੇ 3 ਵਜੇ ਪੀਨੀ ਉਹਦੇ 'ਚ ਸਮੈਲ ਨਹੀਂ ਆਉਂਦੀ ਬਹੁਤ ਪਤਾ ਤੇਰੀ ਅੰਮੀ ਨੂੰ ਰਾਤੀ ਦੇ ਕੇ ਆਇਆ 2 ਬੋਤਲਾਂ ਕੌਣ ਸੀ ਉਹ ਜਿਹੜੀ ਫੀ ਕਿ ਤੇਰੀ ਅੰਮੀ ਕਹਿੰਦੀ ਕਿ ਮੇਰੀ ਇਹ ਬੱਚੀ ਤੇ ਇਸ ਕੰਮ 'ਚ ਆ ਰਹੀ ਹੈ ਨਹੀਂ ਚੱਲ ਏਡੀਆਂ ਨੇਕ ਔਰਤਾਂ ਦਾ ਹਰ ਬੰਦੇ ਨਾਲ ਤੇਰਾ ਝਗੜਾ ਜਾਂ ਮੈਂ ਤੈਨੂੰ ਤਲਾਕ ਦਿੱਤੀ ਓਏ ਇਹਦਾ ਗੁੱਸਾ ਨਾ ਕਰਨਾ ਤੈਨੂੰ ਰੈਂਬੋ ਨੂੰ ਵੀ ਗੱਲ ਦੇਤੀ ਸੀ ਤੁਹਾਡੀ ਮਾਮਾ ਸੇ ਬਾਤ ਹੋਈ ਹੋਈ ਹੈ ਮੇਰੀ ਵਿੱਕੀ ਇੱਕ ਘੰਟੇ ਦੀ ਬ੍ਰੇਕ ਹੈ ਚੋਈ ਸਾਹਿਬ ਗੇਟ ਤੇ ਹੀ ਰਹਿਣਾ ਅੰਦਰ ਕੋਈ ਨਾ ਆਏ ਫਿਲਮ ਦਾ ਪ੍ਰੋਡਿਊਸਰ ਕੌਣ ਤੁਸੀਂ ਜਨਾਬ ਪੈਸਾ ਕੌਣ ਲਾ ਰਿਹਾ ਤੁਸੀਂ ਜਨਾਬ ਤੇ ਇਹਦੀਆਂ ਭੈਣਾਂ ਨੇ ਜਿਹੜਾ ਲੈ ਕੇ ਗਿਆ ਉਹਨੂੰ ਦੱਸਿਆ ਨਹੀਂ ਕਿ ਪ੍ਰੋਡਿਊਸਰ ਦਾ ਬੁਨਿਆਦੀ ਹੱਕ ਹੈ ਯਾਰ ਆਪ ਦੱਸ ਨਾ ਤੇਰੀ ਜ਼ੁਬਾਨ ਟੁੱਕੀ ਵਿੱਕੀ ਆ ਜਿਹੜੀ ਆਈ ਨਹੀਂ ਕੁੜੀ ਹੀਰਾ ਹਾਂ ਇਹਦੇ ਨਾਲ ਮੇਰੀ ਗੱਲ ਕਰਾਣੀ ਤੂੰ ਜਾ ਕੰਮ ਕਰ ਆਪਣਾ ਮੈਂ ਨਾਲ ਜਾ ਕੇ ਆਪਣਾ ਢੋਲ ਚੁੱਕ ਆ ਮੈਨੂੰ ਪਤਾ ਤੂੰ ਹਲਕੀ ਇੱਜ਼ਤ ਕਰੇਗਾ ਇਹਦੇ ਆਹ ਇਧਰੋਂ ਗੱਲ ਕਰਾਣੀ ਹੈ ਇਧਰੋਂ ਮੇਰੇ ਯਾਰ ਨੂੰ ਨਵਾਂ ਯਾਮਾ ਜੀ ਮਿਲ ਜਾਣਾ ਹੈ ਅਜੇ ਇਹੋ ਜੀ ਬੱਕੂ ਨੂੰ ਬੰਦੂਕ ਲੈ ਕੇ ਦਿੱਤੀ ਇਹੋ ਜਿਹਾ ਮੈਨੂੰ ਯਾਮਾ ਲੈ ਦੇਗਾ ਤਾਰਫ ਤੇ ਕਰਾਏਗਾ ਕਿ ਨਹੀਂ ਤਾਰਫ ਕਰਾ ਦੇਗਾ ਮੈਂ ਆ ਆ ਜਾ ਮੇਰੇ ਨਾਲ ਅੱਜ ਮੇਰੇ ਯਾਰ ਕੀ ਸ਼ਾਦੀ ਹੈ ਢੋਲ ਹੈ ਤੁਹਾਡੇ ਕੋਲ ਤੂੰ ਭਾਬੀ ਨਿਸ਼ਾਨੀ ਇਹਦਾ ਕੋਈ ਛੋਟਾ ਮੋਟਾ ਰੋਲ ਹੈ ਨਾ ਉਹ ਵੀ ਕੱਢ ਦੇ ਦਾ ਉਹ ਵੀ ਨਿਕਲ ਗਏ ਨੌਜਵਾਨ ਨੌਜਵਾਨ ਪਤਾ ਕੀ ਹੈ ਫਰਸ਼ ਪੱਕਾ ਹੈ ਆਓ ਆਓ ਬੇਗਮ ਆਓ ਸਾਡੀ ਬੇਟੀ ਦੀ ਖੁਆਇਸ਼ ਸੀ ਕਿ ਮੇਰੀ ਸ਼ਾਦੀ ਸ਼ਾਦੀ ਹਾਲ ਚ ਹੋਣੀ ਚਾਹੀਦੀ ਮੈਂ ਕਿਹਾ ਬੇਟੀਆਂ ਦੀ ਖੁਸ਼ੀ ਔਲਾਦ ਦੀ ਖੁਸ਼ੀ ਅਸੀਂ ਉਹਨਾਂ ਇਤਰਾਮ ਕਰਦੇ ਹਾਂ ਇਹ ਖੁਸ਼ੀ ਸਾਡੀ ਖੁਸ਼ੀ ਹੈ ਜੀ ਕਿੰਨਾ ਮਜ਼ਾ ਆਇਆ ਨਾ ਮਜ਼ਾ ਤਾਂ ਤਬ ਆਏਗਾ ਜਦ ਤੁਹਾਡੀ ਸ਼ਾਦੀ ਹੋ ਗਈ ਬੱਚੇ ਹਾਂ ਨਾ ਪਾਪਾ ਮੈਂ ਕਿਹਾ ਮੇਰੀ ਬੇਟੀ ਕਿੱਥੇ ਤੁਲਣ ਅੱਪਾ ਜੀ ਜੰਜ ਟੁਰ ਪੇ ਹੀ ਵਾਹ ਜੇ ਨਾਲ ਓਏ ਮੈਂ ਲੁੱਡੀਆਂ ਪਾਵਾਂ
ਭਰ ਲਿਆ ਤੁਸੀਂ ਇਹ ਮੇਰੀ ਸ਼ਾਦੀ ਹੈ ਅੱਜ ਮੇਰਾ ਵਿਆਹ ਉੱਠ ਲਈ ਨਾ ਘਰ ਵੇਖਦੀ ਨਾ ਬਾਹਰ ਬਸ ਪਹਿਨਦੀ ਕਰ ਲਈ ਤੂੰ दुनिया में तू बेमिसाल पता नहीं कि दे बच्चे मेरे नौ निहाल अल अपना पोतरा और मेरा बच्चा सुनता ही साल में नहीं हंस रहे की होया नैपी नहीं पुआई है नू एटली दे कह रही है कार चलो शौक पूरे हो गए तेरे ना हो गए मैं कोई नहीं जाना मैं इच्छा ही रहना ਬੋਲਣਾ ਤੁਮੀ ਉਹ ਬੁੱਢਿਆ ਖੋਤਿਆ ਮੈਂ ਇੱਥੇ ਹੀ ਰਹਿਣਾ ਬਹਾਦੁਰ ਇੱਧਰ ਆ ਫਿਰ ਮੈਂ ਤੈਨੂੰ ਇੱਕ ਤੋਹਫਾ ਦੇਣਾ ਚਾਹੁੰਦਾ ਪੁੱਤਰ ਹੱਥ ਨਹੀਂ ਬਾਹਰ ਕੱਢ ਰਿਹਾ ਅੰਦਰੋਂ ਜੇ ਪਾਣੀ ਤੇ ਨਹੀਂ ਹੋਈ ਕਿਤੇ ਇਹ 80 ਲੱਖ ਰੁਪਏ ਦਾ ਚੈੱਕ ਹੈ ਪੁੱਤਰ 80 ਲੱਖ ਰੁਪਏ ਦਾ ਚੈੱਕ ਸਾਨੂੰ ਨਹੀਂ ਚਾਹੀਦਾ ਐ ਫੜੋ ਅਸੀਂ ਆਪ ਕਮਾਵਾਂਗੇ ਤੇ ਆਪ ਖਾਵਾਂਗੇ ਚਲੋ ਇੱਧਰ ਆ ਨਹੀਂ ਇਹ ਕੋਈ ਪੰਜਾਬੀ ਫਿਲਮ ਨਹੀਂ ਚੱਲਣ ਡਈ ਆਮ ਜ਼ਿੰਦਗੀ ਏ ਕਿਲੋ ਆਲੂ ਲੈਣ ਜਾਓ ਨਾ ਪਤਾ ਨੀ ਕਿੰਨੇ ਆਲੂ ਪੈਂਦੇ ਨੇ ਬਸੀ ਭਜੀਆ ਭਾਜ ਤੁਸੀਂ ਇਹ ਚੈੱਕ ਮੇਰੀ ਲਾਸ਼ ਤੋਂ ਲੰਘ ਕੇ ਲਵੋਗੇ ਤੇ ਠੀਕ ਹੈ ਫਿਰ ਮੈਂ ਲਾਹਨਤ ਭੇਜਦਾ ਇਹੋ ਜਿਹੇ ਪੈਸੇ ਤੇ ਜਿਸ ਪੈਸੇ ਦੀ ਵਜ੍ਹਾ ਤੋਂ ਮੇਰਾ ਪਿਆਰ ਮੇਰੀ ਮੁਹੱਬਤ ਮੇਰੀ ਜ਼ਿੰਦਗੀ ਮੇਰੇ ਕੋਲੋਂ ਦੂਰ ਹੋ ਜਾਏ ਮੈਂ ਲਾਹਨਤ ਭੇਜਦਾ ਇਹੋ ਜਿਹੇ ਪੈਸੇ ਤੇ ਮੈਂ ਲਾਹਨਤ ਫੜਾ ਦੇ ਅੰਨੀ ਜਿਆ ਨਹੀਂ ਅੱਬਾ ਹਜ਼ੂਰ ਮੈਂ
ਵਿਧਵਾ ਨਹੀਂ ਹੋਣਾ ਚਾਹੁੰਦੀ। ਵਿਧਵਾ? ਬੇਵਾ ਨਹੀਂ ਹੋਣਾ। ਬੇਵਾ ਕਹੇ ਸੀ ਮੁਸਲਮਾਨ। ਗੱਲ ਸੁਣ ਜੀ ਅੱਬਾ ਹਜੂ, ਤੁਸੀਂ ਮੇਰੇ ਕਮਰੇ ਚ ਚਲੇ ਜਾਓ ਬੇਟਾ। ਤਾਂ ਕਿ ਰਾਤ ਨੂੰ ਤੇਰੇ ਕਮਰੇ ਜਾਵਾਂ, ਸਵੇਰੇ 8-9 ਕਿਲੋ ਤਮਾ ਬਾਹਰ ਲੈ ਕੇ ਆਉਂਦੇ ਹਾਂ, ਮੈਂ ਆਪੇ ਜਾ ਰਹਾਂ। ਬੇਟਾ ਜੀ ਵੇਖੋ ਨਾ, ਗਰੀਬ ਆਦਮੀ ਦੀ ਕਿਸਮਤ ਹੀ ਮਾੜੀ ਹੁੰਦੀ, ਉਹਦਾ ਉਸ ਕੁੜੀ ਨਾਲ ਵਿਆਹ ਹੁੰਦਾ, ਜਾਂ ਉਹ ਤੋਂ ਛੋਟੀ ਸੋਹਣੀ ਹੁੰਦੀ, ਜਾਂ ਉਹ ਤੋਂ ਵੱਡੀ ਜਿਹਦਾ ਪਹਿਲੇ ਵਿਆਹ ਹੋਇਆ ਹੁੰਦਾ। ਉਹ ਵਿੱਚ ਜਿਹੜੀ ਮਸਤ ਜੀ ਹੁੰਦੀ, ਉਹਨੂੰ ਫੜਾਈ ਹੁੰਦੀ, ਉਹ ਸਾਲੀ ਵੱਲ ਵੇਖ ਕੇ ਮੰਨ ਜਾਂਦਾ, ਅੱਗੇ ਕੁਛ ਹੋਰ ਨਿਕਲ ਆਉਂਦਾ। ਉਹ ਇੱਕ ਮੁਸ਼ਾਹਦੇ ਦੀ ਗੱਲ ਸੁਣਾਈ, ਬਲਕਿ ਕਈ ਘਰਾਂ ਦੀ ਗੱਲ ਸੁਣਾਈ ਹੈ ਮੈਂ। ਬੇਟਾ ਜੀ ਜੀ, ਮੇਰੀ ਬੇਟੀ ਚੰਦਾ ਟੋਟਾ ਹੈ ਜੀ, ਉਹ ਤੇ ਮੈਨੂੰ ਵੀ ਪਤਾ ਹੈ ਜੀ। ਅੰਮਾ ਜੀ, ਤੁਸੀਂ ਉਹਨਾਂ ਦੇ ਕਬਰ ਚ ਰਹਿਣਾ ਸੋਣਾ, ਹਾਂਜੀ, ਤੇ ਜਾ ਕੇ ਮੇਰੇ ਕਬਰ ਚ ਸਵਾਗਤ ਮਨਾ ਲਓ। ਹਾਂ, ਲੇਕਿਨ ਮੈਂ ਤੁਹਾਨੂੰ ਉਹਨਾਂ ਦੇ ਕਮਰੇ ਚ ਫੇਰ ਵੀ ਨਹੀਂ ਜਾਣ ਦੇਣਾ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਕਿਸੇ ਕੰਮ ਚ ਸ਼ਰਤ ਲੱਗ ਜਾਵੇ। ਅੰਮਾ ਹਜ਼ੂਰ, ਆਪ ਅੰਦਰ ਚਲੇ ਔਰ ਦੁੱਧ ਮੈਂ ਥੋੜਾ ਸਾ ਪਾਣੀ ਡਾਲੇ, ਕਿਉਂਕਿ ਮੇਰੇ ਸਿਰ ਨੀਟ ਦੁੱਧ ਪੀਆ ਨਹੀਂ ਜਾਂਦਾ। ਇੰਨੀ ਦੇਰ ਚ ਰਜਾਈ ਮੂੰਹ ਤੇ ਲੈ ਕੇ ਰੋਂਦਾ ਰੋਂਦਾ ਸੌ ਮਰ ਜਾ ਬੇਟਾ ਜੀ। ਅੱਬਾ ਹਜ਼ੂਰ, ਮੈਂ ਤੇਰੇ ਨਾਲ ਜ਼ਰੂਰੀ ਗੱਲਾਂ ਕਰਨੀਆਂ ਚਾਹੁੰਦਾ ਪੁੱਤਰ। ਕੀ ਅੱਬਾ ਜੀ? ਐ ਮੇਰੀ ਧੀ ਜਿਹੜੀ ਹੈ ਨਾ ਜੀ, ਬੜੀ ਲਾਡਾਂ ਵਾਲੀ ਹੈ ਪੁੱਤਰ। ਠੀਕ ਹੈ ਅੱਬਾ ਹਜ਼ੂਰ, ਇਹਨੂੰ ਕੋਈ ਤਕਲੀਫ ਨਾ ਦੇਵੀ ਬੱਚਿਆ। ਠੀਕ, ਇਹਨੂੰ ਕੋਈ ਤਕਲੀਫ ਨਾ ਦੇਵੀ। ਠੀਕ ਹੈ ਅੱਬਾ ਜੀ, ਇਹਨੂੰ ਕੋਈ ਤਕਲੀਫ ਨਾ ਦੇਵੀ ਯਾਰ। ਚੱਲ ਫਿਰ ਉਹਨੂੰ ਰਹਿਣ ਦੇ, ਜ਼ਰਾ ਤੂੰ 10 ਮਿੰਟ ਆ ਜਾ ਜ਼ਰਾ ਪਹਿਲੇ। ਕੰਜਰ ਜਿਹਾ ਰੌਲਾ ਹੀ ਪਾਤਾ ਸੂ, ਬਸ ਇੱਕ ਅੱਧੀ ਵਾਰੀ ਕਹੀਦਾ ਹੁੰਦਾ, ਕਿਉਂਕਿ ਸੋਹਣਿਆ ਘੱਟ ਕਿਸੇ ਨੇ ਵੀ ਨਹੀਂ ਕਰਨੀ ਹੁੰਦੀ। ਇਹਦੇ ਚ ਕੋਈ ਮੈਨੇਜਮੈਂਟ ਨਹੀਂ ਹੁੰਦੀ। ਅੱਬਾ ਹਜ਼ੂਰ, ਆਪਕੇ ਲਈ ਇੱਕ ਬੜਾ ਪਿਆਰਾ ਗਿਫਟ ਹੈ। ਕੋਈ ਗੱਲ ਨੀ, ਸਾਰੇ ਮੇਰੇ ਭਰਾ ਨੇ। ਅੱਛਾ ਗੱਲ ਸੁਣੋ, ਅੱਛਾ ਗੱਲ ਸੁਣੋ, ਆਪਣਾ ਸ਼ਹਿਰੋਂ ਬਾਹਰ ਨਾ ਗੱਲ ਨੂੰ ਕੱਢਣਾ। ਆ ਗਿਆ ਜੀ, ਆ ਗਿਆ, ਆ ਗਿਆ ਚੌਧਰੀ ਫਾਕਾ, ਮਸਾਰੀ ਲੈ ਕੇ। ਅੱਛਾ ਜੀ, ਆ ਜਾ ਸੱਜਾ ਕੱਟ। ਅੱਛਾ ਜੀ, ਖੱਬੇ। ਅੱਛਾ ਜੀ, ਖੱਬੇ। ਅੱਛਾ ਜੀ, ਥੋੜਾ ਜਿਹਾ ਅੱਗੇ। ਅੱਛਾ ਜੀ, ਸੱਜਾ ਕੱਟੋ। ਅੱਛਾ ਜੀ, ਥੋੜਾ ਜਿਹਾ ਰੋਕ ਕੇ। ਅੱਛਾ ਜੀ, ਖੱਬੇ ਕੱਟੋ। ਅੱਛਾ ਜੀ, ਖੱਬੇ ਥੋੜਾ ਜਿਹਾ ਅੱਗੇ। ਅੱਛਾ ਜੀ, ਉਹ ਥੋੜਾ ਜਿਹਾ ਅੱਗੇ ਕਰੋ। ਅੱਛਾ ਜੀ, ਮੈਨੂੰ ਭੁੱਲ ਗਿਆ, ਮੈਂ ਕਿਹਾ ਤੈਨੂੰ ਬਹੁਤ ਬਹੁਤ ਮੁਬਾਰਕ ਹੋਵੇ। ਇਹ ਜਿਹੜੀ ਹੈ ਨਾ ਆਪਣਾ ਡੋਲੀ, ਇਹਦਾ ਕੋਈ ਫੁੱਲ ਨਾ ਟੁੱਟੇ। ਕਿਉਂ ਜੀ? ਮੈਂ ਆਪਣੀ ਭੈਣ ਦੇ ਘਰੋਂ ਲੈ ਕੇ ਆਇਆ। ਭਣਵਈਆ, ਤੇਰਾ ਭਾਵੇਂ ਘਰ ਬੋਰੀ ਤੇ ਸੁੱਤਾ ਹੋਵੇ, ਸੋਹਣਿਆ ਜਿੱਧਰਲੇ ਪਾਸੇ ਤੂੰ ਆ ਰਿਹਾ ਨਾ, ਉਧਰ ਬੰਦਾ ਸਕੇ ਪਿਓ ਨਾਲ ਵੀ ਬਤੀਤ ਹੁੰਦਾ। ਕਿਆ ਭਾਜੀ, ਹੁਣ ਖੰਗੀ ਜਾਣਾ ਜੇ ਕਿ ਸੋਣਾ ਵੀ ਜੇ? ਚਲੋ ਭਾਬੀ ਨੂੰ ਸਲਾਮੀ ਦੇ ਲਾ। ਇੱਕ ਮਿੰਟ, ਕਿਹੜੀ ਸਲਾਮੀ? ਸੋਹਣਿਆ ਟਾਈਮ ਨਾਲੋਂ ਆਟੇ ਉਬਾਲ ਕੇ ਲਿਆਈ। ਹਾਂਜੀ,
ਕੀ ਕਰ ਰਹੇ ਹੋ? ਦੁੱਧ ਪੀ ਰਿਹਾ ਹੋਰ ਗਲਾਸ ਧੋ ਰਿਹਾ ਮੈਂ। ਮੇਰੇ ਮੂੰਹ ਕੋਈ ਨਾ ਕੋਈ ਚਵਲਾ ਦੀ ਗੱਲ ਨਿਕਲੀ ਜਾ। ਕੋਠੇ ਤੇ ਮਸਾਲਾ ਸਾਡੀ ਗੱਲ ਲਾਉਣ ਵਾਲਾ ਅੱਡਾ ਜਵਾਨੀ ਜਾਣੇ ਮਨ ਹਸੀਨੇ ਦਿਲ ਰੁਪਾ ਮਿਲੇ ਤੋ ਦਿਲ ਜਵਾਂ ਜਿਸਾ ਦੇ ਬਰ ਗਿਆ ਸ਼ਿਕਾਰੀ ਕੁੱਤਾ ਇਧਰ ਕੋ ਲਾਰੀ ਅੱਡਾ ਇਹ ਕੌਣ ਹੈ ਨਾ ਜਾਣੂ ਮੈਂ ਸੋਹਣਿਆ ਕਿੱਧਰ ਆ ਬੈਠੋ ਭਾਈ ਬੰਦੇ ਹੋਰ ਆ ਰਹੇ ਨੇ ਬੰਦੇ ਕਿੱਧਰ ਆ ਰਹੇ ਕਰਾਚੀ ਸੇ ਬੁਲਾਇਆ ਭਾਈ ਸਲੀਮ ਭਾਈ ਕੋ ਭਾਈ ਸ਼ਾਇਦ ਆਪ ਮੁਝੇ ਪਹਿਚਾਨ ਨਹੀਂ ਰਹੇ ਭਾਈ ਇਧਰ ਆਜ ਮੇਰੀ ਸੁਹਾਗਰਾ ਚੱਲੀ ਹੈ ਕੌਣ ਚੱਲ ਰਹੀ ਹੈ ਮੇਰੀ ਸੁਹਾਗਰਾ ਤਾਂ ਭਾਈ ਓਕੇ 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 ਡੂ ਇਟ ਕੌਣ ਹੈ ਤੂੰ ਹਮਾਰਾ ਆਪਣਾ ਕੰਮ ਚੱਲ ਰਿਹਾ ਹੈ ਨਾ ਕੌਣ ਹੈ ਤੂੰ ਬੁਲੜਾ ਬੇਟਾ ਇਸੇ ਫੌਰਨ ਸੇ ਪਹਿਲੇ ਤਲਾਕ ਦੇ ਦੋ ਇਹ ਮੇਰੇ ਹੋਟੋ ਕੇ ਬਾਰੇ ਮੇਂ ਸਭ ਕੁਝ ਜਾਣਤੀ ਹੈ ਸ਼ੀ ਇਜ਼ ਨਾਟ ਪੁੱਤਰ ਚਲੋ ਸਾਰ ਐਡਾ ਮੇਰਾ ਦਿਲ ਨਾ ਖਟਾਗਾ ਕੌਣ ਹੈ ਨਾ ਨਕਾ ਨਾਮੇ ਜ਼ਿਕਰ ਨਾ ਕਿਸੇ ਮੈਸੇਜ ਦਾ ਜ਼ਿਕਰ ਪਤਾ ਨਹੀਂ ਕੌਣ ਹੈ ਮਸਤ ਜਿਹਾ ਹਾਂ ਵੇਖਦਾ ਕਿ ਇਹਦੀ ਅੱਖਾਂ ਦੇ ਵੇਖੋ ਅੱਛਾ ਗੱਡੀ ਦਾ ਮੈਸੇਜ ਆ ਰਹੇ ਨੇ ਨਾ ਬਹੁਤ ਜ਼ਿਆਦਾ ਮੈਸੇਜ ਗੱਡੀ ਦਾ ਅਭੀ ਤਾਂ ਕੁਝ ਡਿਲੀਟ ਕੀ ਹੈ ਗੱਡੀ ਦਾ ਸ਼ੀਸ਼ਾ ਥੱਲੇ ਕਰਕੇ ਇਹੋ ਜਿਹੇ ਮੁੰਡੇ ਨੂੰ ਡਰੈਸ ਪੁੱਛਣ ਵਾਸਤੇ ਬੁਲਾਇਆ ਨਾ ਉਹ ਕਾਕਾ ਗੱਲ ਸੁਣੀ ਅੱਗੋਂ ਨੂੰ ਕਹਿੰਦਾ ਅੱਲੇ ਨਹੀਂ ਬਣਨੀ ਖੈਰ ਨਹੀਂ ਪਾ ਨਹੀਂ ਪਾ ਗੱਡੀ ਦੇ ਜਿਹਦੇ ਲੱਗਾ ਕੇ ਉਹਨੇ ਗੱਲ ਕਰ ਨਹੀਂ ਪਾਇਆ ਨਹੀਂ ਮੈਂ ਤਾਂ ਕਹਿੰਦਾ ਨਹੀਂ ਪਾਣ ਸ਼ਰਮਾ ਦੀ ਇਹੋ ਜਿਹੇ ਪਹਿਲੇ ਗੱਡੀ 'ਚ ਬੈਠੇ ਹੁੰਦੇ ਨੇ ਓਏ ਆ ਜਾ ਪੈਸੇ ਦਿੰਦੇ ਹੀ ਕੌਣ ਸੀ ਹੈ ਕੌਣ ਸੀ ਮੈਨੂੰ ਨਹੀਂ ਪਤਾ ਕੌਣ ਹੈ ਤੁਸੀਂ ਐਵੇਂ ਆਪਣਾ ਮੂਡ ਤਾਂ ਖਰਾਬ ਕਰੋ ਤੇਰੇ ਘਰ 'ਚ ਤੇ ਹੋਰ ਕੋਈ ਬੰਦਾ ਹੀ ਨਹੀਂ ਹੈਗਾ ਮੇਰੇ ਤੋਂ ਸਵਾ ਜਾਨੂ ਜੀ ਜੀ ਜਾਨੂ ਕਿੱਧਰ ਆਏ ਹੋ ਕੁਛ ਨਹੀਂ ਇੱਧਰ ਸੇ ਗੁਜ਼ਰ ਰਹਾ ਤਾਂ ਸੋਚਾ ਸ਼ਾਦੀ ਹੋਈ ਹੈ ਘੁੰਗਟੀ ਉਟਾਤਾ ਜਾਉ ਮੈਂ 2.5 ਲੱਖ ਰੁਪਇਆ ਮੇਰਾ ਲੱਗਾ ਮੈਂ ਤਗਾ ਤਗਾ ਪੂਰਾ ਕਰਨਾ ਮੈਂ ਦੱਸਦਾ ਮੂਡ ਨਾ ਖਰਾਬ ਕਰੋ ਤੁਸੀਂ ਅੱਛਾ ਤੁਹਾਨੂੰ ਪਤਾ ਨਹੀਂ ਕੌਣ ਕੌਣ ਆ ਰਿਹਾ ਚੱਕਰ ਆ ਰਹੇ ਨੇ ਜਾਨ ਇਹ ਜਿਹੜੇ ਤੂੰ ਅੱਧੇ ਲਾਹੌਰ ਨੂੰ ਦਿੱਤੇ ਨੇ ਉਹ ਵਾਪਸ ਆ ਰਹੇ ਨੇ ਮੈਂ ਮੈਰਿਜ ਕਰ ਦੁਕਾਨਦਾਰ ਕਹਿੰਦਾ ਕੁਕੜੀ ਤੂੰ ਆਂਡਾ ਆਪ ਕਿਉਂ ਨਹੀਂ ਦਿੱਤਾ ਅੱਗੋਂ ਕੁਕੜੀ ਕਹਿੰਦੀ ਮੇਰੇ ਮੀਆਂ ਨੇ ਕਿਹਾ ਕੋਈ ਜ਼ਰੂਰਤ ਨਹੀਂ ਤੈਨੂੰ 5 ਰੁਪਏ ਦੇ ਚੱਕਰ 'ਚ ਆਪਣਾ ਫਿਗਰ ਖਰਾਬ ਕਰਨ ਦੀ ਚੌਥੀ ਵਾਰੀ ਕਹਿਣ ਲੱਗੀ ਮਜ਼ਾਕ ਮਾਰੀਦਾ ਮੂੰਹ ਫਾੜ ਲਿਆ ਮੈਂ ਕਿਹਾ ਬਿਸਕੁਟ ਖਾ ਲਓ ਨਹੀਂ ਤਾਂ ਮੈਂ ਅੰਕਲ ਕੋ ਦੇ ਦੂੰਗੀ ਫੇਰ ਉਹਨੇ ਕਿਹਾ ਬੇਟਾ ਬਿਸਕੁਟ ਖਾ ਲਓ ਨਹੀਂ ਤਾਂ ਮੈਂ ਅੰਕਲ ਕੋ ਚੌਥੀ ਵਾਰੀ ਕਹਿਣ ਲੱਗੀ ਮਜ਼ਾਕ ਮਾਰੀਦਾ ਮੂੰਹ
ਮੈਨੂੰ ਪਹਿਲੇ ਪਤਾ ਸੀ ਕਿ ਮੈਂ ਰਕਸ਼ੇ ਟੈਪ ਵਾਲੇ ਦਾ ਰੋਲ ਕਰ ਰਿਹਾ ਤੇ ਮੈਂ ਤੇਰਾ ਤੈਨੂੰ ਛੱਡਣ ਆਇਆ ਕੀ ਤਲਕ ਹੈ ਤੇਰਾ ਤੇਰਾ ਮੈਂ ਵੀ ਪੁੱਛ ਰਹੀ ਹਾਂ ਚੌਧਰੀ ਤੂੰ ਕੀ ਮੈਂ ਚੌਧਰੀ ਹਾਂ ਹੋਰ ਚੌਧਰੀ ਹੋਏਗਾ ਤੇ ਆਪਣੇ ਘਰ ਹੋਏਗਾ ਘਰ ਵਾਲੇ ਦਿਨ ਚੌਧਰੀ ਹੋਏਗਾ ਤੇ ਬਾਹਰ ਹੋਏਗਾ ਮੈਂ ਕਿਹੜੇ ਇਲਾਕੇ ਦਾ ਚੌਧਰੀ ਆ ਨੀ ਮੈਂ ਨਹੀਂ ਜਾਣਦੀ ਕਮਾਲ ਪਿਆ ਕਰਦੇ ਆ ਤੁਸੀਂ ਮੈਂ ਇਹ ਮੇਰਾ ਸਾਰਾ ਮਾਹੌਲ ਹੈਗਾ ਮਾਹੌਲ ਇੱਥੇ ਤੇ ਮੇਰੀ ਸੁਹਾਗ ਨਾ ਚੱਲ ਚੱਲ ਤਮੀਜ਼ ਕਰ ਓਏ ਮਰੇ ਮੈਂ ਫਿਰ ਮੂੰਹ ਚ ਘਸੋਣ ਦੇ ਕੇ ਤੇ ਪਾਲਿਸ਼ ਕਰ ਦੇਣਾ ਅੰਦਰੋਂ ਤੇਰਾ ਮੂੰਹ ਦੱਸਾਂ ਮੈਂ ਦੱਸਾਂ ਦੱਸਦਾ ਹੱਲਾ ਬੱਕੂ ਓਏ ਓ ਜਾ ਸੈਕਲਨ ਬਿੰਗ ਕੀ ਨਾ ਜਰਾ ਨਾ ਕੀ ਰਸ਼ੀਦ ਆ ਰਸ਼ੀਦ ਦੇ ਘਰ ਫੈਰੇ ਕਰਕੇ ਆ ਆ ਕਿਹੜੀ ਫੈਰੇ ਕਰੇਗਾ ਹੈ ਹੈ ਬੱਕੂ ਦਾ ਮੁੰਡਾ ਹੀ ਜੋ ਕੁਛ ਕਹਿਣਾ
ਮੈਨੂੰ ਕਹਿ ਲਿਆ ਉਹਦੇ ਅੱਗੇ ਸੰਡੇ ਦੇ ਮੂੰਹ ਵਾਲਾ ਇੱਥੇ ਕਿਹੜੀ ਪੰਜਾਬੀ ਫਿਲਮ ਚਲਾਉਣ ਡਈ ਤੂੰ ਸਾਡੇ ਤੇ ਹੱਥ ਚੁੱਕਿਆ ਨੇ ਹੱਥ ਤੇ ਤੂੰ ਆਪਣਾ ਦੁਪੱਟਾ ਹੀ ਚੁੱਕੇ ਸੁੱਟਦਾ ਸਦਕੇ ਤੇਰੀ ਉਹ ਚੌਧਰੀ ਉਹ ਬੱਕੂ ਦਾ ਫੋਨ ਆਏ ਕੀ ਆਦਾ ਉਹ ਤੇਰੇ ਘਰ ਤੋਂ ਫਾਇਰਿੰਗ ਕਰ ਗਏ ਦਿਨ ਚੜ ਜਾਣਾ ਤੇ ਮੈਂ ਕਿਸੇ ਨੂੰ ਵਲੀਮੇ ਦੀ ਰੋਟੀ ਖਾਣ ਨੀ ਦੇਣੀ ਮੇਰੀ ਸਾਰੀ ਫਿਲਮ ਇਹ ਸੀਨ ਤੇ ਬੇਸ ਕਰਦੀ ਹੈ ਐਵੇਂ ਤੈਨੂੰ ਕਹਿੰਦਾ ਬੇਸ ਕਰਦੀ ਹੈ ਚਲੋ ਅੱਛਾ ਟਰਨ ਦਾ ਪਤਾ ਨਾ ਵਾਸਤਾ ਆਪ ਜਰਾ ਮੇਰੇ ਪਾਸ ਆਓ ਆ ਮੇਰੇ ਪਾਸ ਆਓ ਸੁਹਾਗ ਰਾਤ ਹੈ ਠੀਕ ਹੈ ਇਸਕੇ ਬਾਅਦ ਜੋ ਟਰਨਿੰਗ ਪੁਆਇੰਟ ਆਏਗਾ ਨਾ ਉਹ ਮੈਂ ਆਪਕੋ ਬਾਅਦ ਮੇਂ ਬਤਾਉਂਗਾ ਇਸਕੋ ਤਰ੍ਹਾਂ ਆਪਨੇ ਮੁਖ ਸੇ ਕਰਨਾ ਤੇ ਸੀਨ ਜ਼ਰਾ ਔਖਾ ਜੇ ਦੁਆ ਕਰ ਲਓ ਭਗਵਾਨ ਵੀ ਆ ਗਿਆ ਜੀ ਚਲੋ ਕਰੋ ਸੀਨ ਕਰੋ ਠੀਕ ਹੈ ਆਪ ਆਏ ਜੀ ਆਪ ਆਏ ਮੈਂ ਇਧਰ ਆ ਜਾ ਬੈਠੀ ਆਪ आप उधर जाए मुंह पे आप अंदर जाए मॉनिटर पे जाके शॉट देखें ठीक है विकी जी हां मॉनिटर के ऊपर बैठ के देख मॉनिटर को गल करे तो मेरा नाम ले अरे मॉनिटर टीवी होता है अच्छा मैं समझा मॉनिटर के अंदर बैठा होता 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 ये ले आप हुआ तक के बैठा फुफो जाई दो हैं हुआ तक के तो सीन करेंगे ने हल्का जा देख लांगा इनके ਚੌਧਰੀ ਸਾਹਿਬ
पैसे दिते ने बकाया देने चौधरी कह दी है झूठ है झूठ है बचिया ठीक कर रहे तू बेसर जनानी पी गए मामा तेरी जनानी लस्सी सी असीं लस्सी सी ओए मैं कराची तक तेरी गल चलावांगा सलीम अफरीदी नूं कह के ओए मेरी बुद्धी बुला दे तो मैं घरों भर के दे मैनूं चल कुड़ियां लिया के बहा रहा सी मैं तेनू हटा लिया ना विखाइया ने मामा बकवास कर रहा है चार साल तुम्हारे साथ रहा कोई ऐसी बात सुनी मेरी चार साल झूठी गल आइटम बनाई बगैर मैं नहीं तेरे बोलता कही जा रही है तेरी तबीयत खराब हो जाए एक अद्धे गाने ते डांस कर लै इजाजत उधरों ले किधर मैडम मैं डांस करन आया मल्ले ते तू गया मैं कचहरियां लगा वा शिमला जी
पे लेके आता है। नेपो साहब हाँ जी आ जाओ आ जाओ। हूँ इस तो बात आटा फिल्म का गाना होएगा। है क्यों हो रहा है? एक घरेलू सी खबर मिलेगी फिर वापस आओगे वो बात ही दसांगा पहले लव सॉन्ग हो जाए वे तू आया दिल दे वेड़े जावा सदके ना फूल पत्तियों तो जिन्ना कदम चुमे ने तेरे सुते लेख मेरे अज जाग पे सिर मथे ते तेरा बुल्ले शोने दसे आए सानू नच के यार मना घुंगरू पाके नचे तन मन मेरा तेरी इश्क दे घुंगरू पाके नचे तन मन मेरा ईद होई है अखियां दी अज वेख के मुखड़ा तेरा मेरा पिया घर बैठी सो मैं सब दरवाजे
मेरा पिया घर ਖਲੋਤਾ ਮੈਂ ਵੀ ਭੈੜਾ ਲੱਗਣ ਡਿਆ ਤੂੰ ਬੇਟਾ ਭੈੜਾ ਲੱਗ ਰਿਹਾ ਹਾਂ
ਤੁਸੀਂ ਬੜੇ ਅੱਛੇ ਡਾਂਸਰ ਹੋ, ਆਪ ਤੁਸੀਂ ਕੋਸ਼ਿਸ਼ਾਂ ਨਹੀਂ ਕਰਦੇ ਆਪਣੀਆਂ ਕੁੜੀਆਂ ਨੂੰ ਸਹੀ ਡਾਂਸ ਨਹੀਂ ਕਰਾਉਂਦੇ, ਕਿੱਡੇ ਸੋਹਣੇ ਟ੍ਰਾਈ ਤੇ ਉਹਨਾਂ ਨੂੰ ਕਹਿੰਦੇ ਕਿ ਟ੍ਰਾਈ ਕਰੋ। ਹਾਂ ਕਿੱਡੇ ਸੋਹਣੇ ਤੁਸੀਂ। ਥੈਂਕ ਯੂ। ਮੈਂ ਤੇਰੀ ਗੱਡੀ ਧੋਤੀ। ਮੇਰੀ ਇੱਜ਼ਤ ਕੀਤੀ ਹੈ। ਹਾਂ ਬੜੀ ਮਿਹਰਬਾਨੀ। ਆਈ ਲਵ ਯੂ ਕਾ ਮਤਲਬ ਕੀ ਹੁੰਦਾ? ਮੈਂ ਤੁਮਸੇ ਪਿਆਰ ਕਰਤੀ ਹੂੰ। ਹੈਂ? ਮੈਂ ਤੁਮਸੇ ਪਿਆਰ ਕਰਤੀ ਹੂੰ। ਆਪਣਾ ਮੂੰਹ ਵੇਖ ਤੇ ਆਪਣੀਆਂ ਖੁਆਇਸ਼ਾਂ ਵੇਖ। ਮੇਰੀ ਜ਼ਿੰਦਗੀ ਤਬਾਹ ਕਰਨਾ ਚਾਹਨੀ? ਕੀ ਕਹਿ ਰਿਹਾ ਹੋਸ਼ ਚਿੱਤ ਹੈਗਾ ਤੂੰ? ਓਹੋ ਫਿਲਮ ਚੋਂ ਕੱਟ ਕਰ ਦੇਵਾਂਗੀ ਹੂੰ। ਡਾਇਰੈਕਟਰ ਸਾਹਿਬਾ, ਗੱਲ ਇਹ ਹੋਈ ਹੈ ਕਿ ਤੁਸੀਂ ਇਹਨਾਂ ਕੁੜੀਆਂ ਨੂੰ ਆਪ ਗਾਣਾ ਕਰਕੇ ਵਹਾਓ। ਮੈਂ ਕਰਕੇ ਵਹਾਵਾਂ? ਕਿਉਂ, ਤੁਹਾਡੀ ਲੱਤ ਦਰਦ ਹੁੰਦੀ? ਤੁਸੀਂ ਕਰੋ ਪੈਸੇ ਨਹੀਂ ਲੈਂਦੇ? ਅੱਛਾ ਕਰ ਲਏਗੇ। ਹਾਂ ਪੱਕੀ ਗੱਲ ਹੈ? ਪੱਕੀ ਗੱਲ ਹੈ। ਤੁਸੀਂ ਆਹ ਵੇਖੋ, ਇੱਕ ਬੰਦਾ ਤੁਹਾਡੇ ਮੁੰਡੇ ਦਾ ਪਤਾ ਲੱਗ ਗਿਆ ਜੀ। ਆ ਜਿੰਨਾ ਨੱਚੋ ਕਿ ਮੇਰੇ ਸਾਰੇ ਕਰਜ਼ੇ ਉਤਰ ਜਾਣ। ਸਜਣਾ ਹਨੜ ਨਹੀਂ ਲੱਗਦੇ ਮੈਂ ਸ਼ੁਕ ਸਜਣਾ।
ਅੱਗੋਂ ਸਰਕਸ ਹੀ ਕੰਮ ਕਰੇਗੀ ਔਰ ਉਹਦੇ ਮਾਲਕ ਤੁਸੀਂ ਹੋ। आप लोग सब ठीक तो नहीं है ना? नहीं जी नहीं। चलो कल से एक ही सीन है जनाब। जनाब हूं अगो टर्निंग पॉइंट आया है। अच्छा टर्निंग। हाँ जी तेनू कदी चराया रैंबो कि जा रहे ਇਹਨੇ ਕਹਿੰਦਾ ਮੈਂ ਕੰਮ ਤੇ ਜਾ ਰਿਹਾ। ਉਹਨੇ ਕਿਹਾ ਕਿੰਨੀ ਦੇਰ ਵਾਸਤੇ? ਕਹਿੰਦਾ 2 ਸਾਲ ਵਾਸਤੇ। ਕਹਿੰਦੇ ਸਿਆਣੇ ਸੱਚ ਕਹਿੰਦੇ ਨੇ ਕਿ ਪਰਦੇਸੀਆਂ ਨਾਲ ਪਿਆਰ ਨਹੀਂ ਕਰੀਦਾ। ਓਏ ਹੋਏ ਸਿਚੁਏਸ਼ਨ ਸਿਚੁਏਸ਼ਨ ਟ੍ਰੈਜੇਡੀ ਸੀ। ਇੱਥੇ ਉਹਦਾ ਪਰਦੇਸੀ ਤੇ ਗਾਣਾ ਆਇਆ। ਨਹੀਂ 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 ਮੈਨੂੰ ਸੁਣਾਓ ਪਹਿਲੇ ਪਾਸ ਕਰਾਂ ਤੇ ਹੋਏਗਾ। ਜੀ ਜੀ ਜਨਾਬ ਬਿਸਰਾ ਹਾਂ ਇਹਦਾ ਕੀ ਆ ਬਣਾ ਐ ਰੈਂਬੋ ਨਿਕਲਿਆ ਤੇ ਪਿੱਛੋਂ ਬੀਵੀ ਨੇ ਗਾਣਾ ਗਾਇਆ ਤੁਮ ਤੋ ਠਹਿਰੇ ਪਰਦੇਸੀ। तुम तो ठहरे परदेसी साथ क्या निभाओगे। ये गाना तो था पहले बीवी ने अपने शौहर के लिए गाया, अब यही गाना हमने सियासतदानों के नाम कर दिया कि तुम तो ठहरे परदेसी साथ क्या निभाओगे। साथ क्या निभाओगे करके 5 साल पूरे अरे घर को लौट जाओगे। घर को लौट हवाल हवाल नहीं आया हवा छड़न आया। माफी चाहना चौधरी शिजाज साहब। वो तो डाल देते हैं। आप एक बात तो बताएं, अगर जंग लगी तो आप एटम बम चला देंगे? चलाएंगे और क्या, शमरान पे चलाना है हमने। तुम तो ठहरे परदेसी साथ क्या निभाओगे। रात को 12 बजे तेरी लाइट जाएगी। भेजने वाले जरा तू भी सुन ले, अगर रात को 12 बजे तेरी लाइट जाएगी मैं पूछूंगा कि तेरे ऊपर क्या गुजरेगी। जिस तरह गरीबों के ऊपर गुजरती है, जिस तरह वो बगैर लाइट के और जब बिजली चली जाती है वो किस तरह अपने बच्चों के साथ अंधेरे में गर्मी में पसीने में किस तरह गुजारा करते हैं। कभी छतों पे जाते हैं, कभी नीचे आते हैं, कभी बाहर जाते हैं, कभी कमरों में आते हैं, कभी बाहर चले जाते हैं, कभी हाथ वाले पंखे इस्तेमाल करते हैं, लेकिन उसके बावजूद भी उनकी गर्मी दूर नहीं होती। और उसके बावजूद उनके घर में जितने लंबे लंबे तुम बिल भेजते हो, अगर तुम्हारे घर में उतना लंबा बिल आए फिर तुझे एहसास होगा, फिर तुझे पता चलेगा ये गरीब किस तरह कमाते हैं, किस तरह बिल जमा करवाते हैं, किस तरह लंबी लाइनों में जाकर लगते हैं। मैं तो कहता हूं कि अल्लाह करे तेरे घर में भी इसी तरह का लंबा बिल आए और उसको तो जमा करवाने के लिए जाए। तेरे घर में ना एसी हो, ना बिजली हो, ना गैस हो, ना पेट्रोल हो, ना यूपीएस हो, ना जनरेटर हो, और तू लंबी लाइन में जाके खड़ा हो जाए और बैंक के सामने धूप हो, एक लंबी कतार हो, और जब तेरी बारी आए बिल जमा करवाने की और तू बिल जमा करवाए और तुझे पता चले कि तेरी डेट गुजर चुकी है और 400 रुपया तुझे जुर्माना है, जुर्माना देने के बाद जब तू घर आए तेरे घर में सब कुछ कट चुका हो, तू भी गरीबों की तरह तन तनहा बैठा हो और पसीने से तेरे बच्चे शराब पूर हो, और फिर मैं तुझसे कहूँ रात को 12 बजे तेरी लाइट जाएगी।
चीज लगती है खट्टी। तुम्हें क्या, तुम तो हो बाली चट्टी। तुम तो टहल कर कर दी कि चूल्हे से निकाल के गाड़ियों में डाल दी और किस तरह सीएनजी किटें लगवा दी रिक्शे के अंदर, तो ऐसे लगता है जैसे तो बड़ी अम्मा खाना पकाने की तैयारी कर रही हो और मोटरसाइकिल एक रिक्शे जी बैठा जो तो सिलेंडर पाट गया उदों दा पागल होया है। किस तरह से गैस को तूने तकसीम कर दिया, ड्राइवर बेचारा डरता रहता है कि अगर सिलेंडर फट गया ना मैं कहीं पहुंच पाऊंगा ना सवारी कहीं पहुंच पाएगी, आखिर ड्राइवर की बेचारे की जिंदगी क्या है। ओ ड्राइवर, ड्राइवर कर दी नहीं, मैं अपनी टैक्सी होई। हेलो, ये और गल हो रही, गैस की बात हो रही है। जब गैस की बात हो, जब गैस की बात होती है तो बंदे को गैस हो जाती है, 75% बंदों को गैस। अल्लाह, तुम तो ठहरे परदेसी, साथ क्या निभाओगे। चलो शुरू करो। ये कौन है, थ्री स्टो जिंदा बच्चा। तुम तो ठहरे परदेसी, साथ क्या निभाओगे। पेट इतना बढ़ गया है, अरे पेट इतना बढ़ गया है। और से दिल बहलाऊं वो इटली चली गई। फिर बैठे बैठे
بیٹھے ذہن میں خیال آیا کہ خودکشی کر لوں پھر بیٹھے بیٹھے ذہن میں خیال آیا خودکشی کر لوں سچ میں انگلی دی تو بجلی چلی گئی تم تو کہہ رہے تھے بات دور تک لگ جائے گی بات بجلی گیس پٹرول کی ہوئی تو اب بات آٹے پہ بھی آئے گی اب بات آٹے پہ بھی آئے گی 30 روپے کلو آٹا اور اس پر بھی ہے سناٹا عمران خان نے دیکھا کہ پنجاب میں ایک تندور ہونا چاہیے تو اس نے عوام کی سہولت کے لیے ایک تندور لگا دی اور کہا روٹی ملے گی 5 روپے کی پھر گورنمنٹ کو خیال آیا انہوں نے کہا کہ یہاں روٹی ہمارے تندور پہ ملے گی 2 روپے کی ادھر 5 کی ادھر 2 کی ادھر 5 کی ادھر 2 کی اسی کدھر جائیے پٹھان دی بھائی دی روٹی بھی بڑی ہوئی اور لوگ تندوروں پہ جانا شروع ہو گئے کبھی اس تندور پہ ادھر 5 کی ادھر 2 کی ادھر 5 سالوں سے ساتھ بھی کہیں گا میں صدقے سمجھا ایک اور ہے ہو گئی ایک کبھی اس تندور پہ جا رہے لوگ کبھی اس تندور پہ جا رہے لوگ 5 کی اور 7 کی نان کتنے کدا ہوئے گا نان پائیں اپنا زفری بھائی جی میں سوٹ دی سلائی نہیں مہنگی ہو گئی بھائی نانوں کی بات ہے تو حلیم والے سے پوچھو بابا میرے پیچھے چھڑے آئے اور لوگ کبھی اس تندور پہ جا رہے کبھی اس تندور پہ جا رہے تندوروں پہ جا جا کے لوگوں کی حالت خراب ہو گئی اور آخر لوگوں کے منہ سے نکل گیا تندوری نائی تندوری نائی تندوری نائی تندوری نائی بڑی مہربانی کچھ نہیں ہویا مارتا پیا بجلی بجلی جج کا نام بک کر دیتے نہیں ہو سکتا
हम तुम्हारे साथ हैं, तुम हमारे साथ हो जाओ, इस मुल्क के सिपाही बन जाओ, इस मुल्क के फौजी बन जाओ और सरहदों के ऊपर खड़े होकर इसकी हिफाजत करना शुरू कर दो। जब तुम इसके सच्चे सिपाही बन जाओगे, फौजी बन जाओगे, फिर पूरी दुनिया तुमसे डर जाएगी, ख्वाब खाएगी और खुद कहेगी कि हम सब हैं रॉन्ग और पाकिस्तान है राइट। मार दियांगा मालिक हो जाऊंगा इस तरह। ਪਹਿਲੇ ਦਿਨ ਜਦੋਂ ਮਕਲਾਵਾ ਲੈ ਕੇ ਘਰ ਆਇਆ ਉਹਦੇ ਮੂੰਹ ਤੇ ਤੱਕੀਆ ਰੱਖ ਕੇ ਉਹਦੀ ਜਾਨ ਕੱਟ ਦਿੱਤੀ। ਓਏ ਸਾਲਾ ਟਰਨਿੰਗ ਪੁਆਇੰਟ ਵਾਹ ਵਾਹ ਕਾਤਲ ਸਮਝ ਰਿਹਾ ਸੀ ਮੈਂ ਬੜਾ ਚਲਾਕ ਆ, ਲੇਕਿਨ ਕਿਧਰੇ ਨਾ ਕਿਧਰੇ ਕੋਈ ਨਾ ਕੋਈ ਬੇਵਕੂਫੀ ਬੰਦਾ ਕਰ ਹੀ ਜਾਂਦਾ। ਉਹਦਾ ਦੋਸਤ ਇੱਕ ਵੀਡੀਓ ਕੈਮਰਾ ਲੈ ਕੇ ਉਹ ਸਾਰਾ ਸ਼ੂਟ ਕਰ ਰਿਹਾ ਸੀ। ਓਏ ਉਹ ਸਾਰਾ ਕੁਝ ਵੀਡੀਓ ਰਿਕਾਰਡ ਹੋ ਗਿਆ। ਵੈਰੀ ਗੁੱਡ, ਇੱਕ ਕਤਲ ਮੈਂ ਤਾਂ ਨਹੀਂ ਕੀਤਾ, ਤੇਰੀ ਤਾਂ ਗੱਲ ਕੀਤੀ ਨਹੀਂ ਅਸੀਂ। ਅੱਛਾ ਮੈਂ ਵੀ ਕਹਾਂ ਮੇਰੇ ਪਿੱਛੇ ਤਕੀਏ ਲੈ ਕੇ ਕਿਉਂ ਫਿਰਦਾ? ਮੈਂ ਸਮਝਿਆ ਉਹ ਜਵਾਈ ਨੂੰ ਪ੍ਰੋਟੋਕਾਲ ਦੇ ਰਿਹਾ। ਸੁਣਿਆ ਅਸੀਂ ਤੇਰੇ ਪਿੱਛੇ ਹੀ ਆਏ ਹੋਏ ਹਾਂ। ਚੌਧਰੀ ਤੂੰ ਚੌਧਰੀ ਨਹੀਂ ਏ, ਪਹਿਲਾਂ ਮੇਰਾ ਪੁੱਤਰ ਹਾਲ ਦਾ ਚੱਕਰ ਲਾ ਕੇ ਆ। ਹਾਂਜੀ ਆਪਣਾ ਜਨਾਬ। ਓਏ ਜੱਟ ਸਾਹਿਬ ਤੁਸੀਂ? ਜੱਟ ਨਹੀਂ ਹੈ ਸਖੀ ਸਰਵਰ ਹੈ। ਓਏ ਆ ਤੁਸੀਂ ਕਹਿੰਦੇ ਹੋ ਕਾਨੂੰਨ ਆਵਾਮ ਨਾਲ ਇਨਸਾਫ ਨਹੀਂ ਕਰਦਾ, ਤੇ ਤੂੰ ਆਪਣੀ ਔਲਾਦ ਨਾਲ ਕੀ ਇਨਸਾਫ ਕੀਤਾ ਬਈ? ਉਹ ਮਾਪੇ ਤੇ ਧੀਆਂ ਦੇ ਸੁੱਖ ਲਈ ਆਪਣੇ ਖੂਨ ਦਾ ਇੱਕ ਕਤਰਾ ਵੇਚ ਦਿੰਦੇ, ਤੂੰ 20 ਕਰੋੜ ਰੁਪਏ ਲਈ ਆਪਣੀ ਧੀ ਦਾ ਖਾਵਨ ਮਾਰ ਦਿੱਤਾ। 20 ਕਰੋੜ ਰੁਪਏ ਤਾਂ ਦਲੀਲ ਹੈ, ਇਸ ਗੱਲ ਦੀ ਕੀ ਗਰੰਟੀ ਹੈ ਕਿ ਤੂੰ 20 ਸਾਹ ਵੀ ਲੈ ਸਕਦਾ ਹੈ ਕਿ ਨਹੀਂ? ਚੋਈ ਸਾਹਿਬ ਮਾਫ ਕਰ ਦਿਓ ਯਾਰ, ਆਪ ਤੈਨੂੰ ਕੱਲ ਹੀ ਕਰਦੀ ਹੈ, ਤੂੰ ਕਿਸੇ ਦੀ ਕੁਲਫੀ ਖੋਈ? ਹਾਂ ਕਤਲ ਕੀਤਾ, ਇਹਨੂੰ ਲੈ ਜਾਓ, ਇਹਨੂੰ ਸਖਤ ਤੋਂ ਕੜੀ ਤੋਂ ਕੜੀ ਸਜ਼ਾ ਦਿਓ। ਉਹ ਕੀ ਜੀ? ਇਹਨੂੰ ਅਮਾਨਤ ਚੰਦ ਦੀਆਂ ਜਰਾਬਾਂ ਦੀ ਯਖਣੀ ਬਣਾ ਕੇ ਦਿਓ। ਆ ਜਾ ਆ ਜਾ ਫਿਰ ਚੰਦ ਨੇ ਸੌਣਾ ਨਹੀਂ ਹੈ, ਕਰਦਾ ਭੇਜ, ਉਹਦਾ ਚੈਸਟ ਇਨਫੈਕਸ਼ਨ ਠੀਕ ਹੋ ਜਾਏਗਾ। ਮੇਰੀ ਕੀ? ਅੱਛਾ ਜੀ ਤੁਸੀਂ ਆਪਣੇ ਪਤਲ ਨਹੀਂ ਕੀਤਾ ਸੀ? ਹਾਂ ਜੀ, ਇਹ ਸਾਰਾ ਕੁਝ ਤੁਹਾਡੇ ਸ਼ੌਹਰ ਨੇ ਕੀਤਾ ਔਰ ਆਪਣੇ ਜਵਾਈ ਨੂੰ ਆਪਣੇ ਹੱਥਾਂ ਨਾਲ ਕਤਲ ਕੀਤਾ। ਔਰ ਕਿਉਂ ਕੀਤਾ ਬਾਜੀ? ਲਾਲਚ, ਜਦੋਂ ਇਨਸਾਨ 'ਚ ਲਾਲਚ ਆ ਜਾਂਦਾ ਨਾ, ਇਨਸਾਨ ਭੁੱਲ ਜਾਂਦਾ ਕਿ ਮੈਂ ਮਰਨਾ ਵੀ ਹੈ। ਕਮ ਅਜ਼ ਕਮ ਬੰਦੇ ਨੂੰ ਇੰਨਾ ਜ਼ਰੂਰ ਸੋਚਣਾ ਚਾਹੀਦਾ ਕਿ ਜਦੋਂ ਮੈਂ ਆਪਣੇ ਸੋਹਣੇ ਰੱਬ ਦੇ ਸਾਹਮਣੇ ਜਾਵਾਂ, ਉਹਦੇ ਸਾਹਮਣੇ ਮੇਰੀ ਗਰਦਨ ਅਦਬ ਨਾਲ ਚੁੱਕੀ ਹੋਵੇ, ਸ਼ਰਮ ਨਾ ਨਾ ਚੁੱਕੀ ਹੋਵੇ। ਥੂਕ ਲਗਾ ਕੇ ਦੇਖੋ, ਗੁੱਡੀ ਜੋੜ ਰਿਹਾ ਉੱਥੇ। ਮੁਬਾਰਕ ਹੋਵੇ। ਅੱਛਾ ਤੁਹਾਨੂੰ ਮੈਂ ਦੱਸ ਦਿਆਂ ਕਿ ਇਹ ਕੋਈ ਡਾਇਰੈਕਟਰ ਨਹੀਂ। ਅੱਛਾ ਜੀ, ਇਹ ਮੇਰੀ ਬੀਵੀ ਹੈ। ਵਾਹ ਵਾਹ, ਅਗਲੇ ਜੁਮੇ ਤੁਸੀਂ ਸਾਰਿਆਂ ਨੇ ਆਣਾ। ਤੈਨੂੰ ਕੀ, ਤੂੰ ਤੇ ਨਾਸ਼ਤਾ ਹੀ ਲਿਆਉਣਾ। ਅਗਲੇ ਜੁਮੇ ਤੁਸੀਂ ਸਾਰਿਆਂ ਨੇ ਆਣਾ, ਇਹਦੀ ਸ਼ਾਦੀ ਹੈ। ਸ਼ਾਦੀ ਹੈ? ਨਾਲੇ ਕਹਿੰਦਾ ਮੇਰੀ ਬੀਵੀ ਹੈ, ਨਾਲੇ ਕਹਿੰਦਾ ਸ਼ਾਦੀ ਹੈ ਉਹਦੀ। ਯਾਰ ਪ੍ਰਾਚੀ ਦੋਸਤ ਹੈ ਨਾ ਸਲੀਮ ਅਫਰੀਦੀ। ਅੱਛਾ, ਉਹਨੇ ਮੈਨੂੰ ਪ੍ਰੋਫਿਟ ਦੇ ਦਿੱਤਾ, ਉਹਨੇ ਕਿਹਾ ਮੇਰੇ ਨਾਲ ਵਿਆਹ ਦੇ, ਮੈਂ ਕਰ ਲੈਣਾ। ਤੇ ਭਾਈ ਫਿਰ ਇਸ ਖੁਸ਼ੀ ਦੇ ਮੌਕੇ ਤੇ ਤੁਹਾਨੂੰ ਹੀ ਨੱਚਣਾ ਪੈਣਾ। ਹਾਂਜੀ ਤੁਹਾਨੂੰ ਹੀ ਨੱਚਣਾ। ਲੱਖ ਲੱਖ ਧੰਨਵਾਦ। ਲੱਖ ਲੱਖ ਰੇ ਰਹਿੰਦੇ ਚਲੇ ਨਾ ਤੇਰੇ ਕੋਈ ਭੈਣ ਤੇਰੇ। ਲੱਖ 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 ਰੇ ਰਹਿੰਦੇ ਚਲੇ ਨਾ ਤੇਰੇ ਕੋਈ ਭੈਣ ਤੇਰੇ। ਸੰਭਲੀਏ